ਵਾਹਿਗੁਰੂ ਜੀ ਕੀ ਫਤਿਹ। ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਦਿਸੇ ਮਾਰਾ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਸ਼੍ਰੀ ਆਰ ਜਨ ਵਿਗਨ ਨਾਨਕੇ ਨਾਸਕ ਵਿਗਨ ਨਾਨਕੇ ਨਾ ਹਰ ਗੋਬਿੰਦ ਸਭ ਸਮਤ ਪਰ ਕਾ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਜੋਰੀ ਜੀ ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੁ ਗੁਰ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਬੰਦੋਂ ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਤ ਧਰਮੇ ਕਿਤ ਅਗੀ ਬਸੰਤੇ ਕਹੂੰ ਦੁਖੀ ਕਹਿ ਸੁਖੀ ਰਹੰਤੇ ਨਿਗਮਾਗਮ ਕਿਤ ਕਥਤ ਪੁਰਾਨਾ ਕਹੂੰ ਤੁਰਕ ਹੈ ਪੜਤ ਕੁਰਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ, ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਕਾਰਯੋਗ ਸਾਧ ਸੰਗਤ ਜੀ, ਆਪ ਸਭ ਜਾਣਦੇ ਹੋ ਕਿ ਜਾਹਰ ਪੀਰ ਜਗਤ ਗੁਰ ਬਾਬਾ ਸਾਰੀ ਮਨੁੱਖਤਾ ਦੇ ਰਹਿਬਰ, ਪਰਉਪਕਾਰੀ, ਕ੍ਰਾਂਤੀਕਾਰੀ, ਕਲਾਧਾਰੀ, ਗਰੀਬ ਨਿਵਾਜ, ਕਲਜੋ ਕੇ ਜਹਾਜ਼ ਸਤਿਗੁਰੂ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ 550 ਸਾਲਾ ਪ੍ਰਕਾਸ਼ ਉਤਸਵ ਅਵਤਾਰ ਧਾਰਨ ਗੁਰਪੁਰਬ ਨੂੰ ਸਮਰਪਿਤ, ਵਿਸ਼ੇਸ਼ ਕਰਕੇ ਤਖ਼ਤ ਸਾਹਿਬ ਜੀ ਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋ ਜੀਵਨ ਕਥਾ ਹੈ, ਜੀਵਨ ਲੀਲਾ ਹੈ, ਉਹ ਪਿਛਲੇ ਕੁਝ ਅਰਸੇ ਤੋਂ ਪ੍ਰਾਰੰਭ ਹੈ ਔਰ ਪਿਛਲੇ ਦੀਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਆਰੇ ਗੁਰਸਿੱਖ
ਭਾਈ ਮਨਸੁਖ ਜੀ ਜਿਨ੍ਹਾਂ ਦਾ ਨਾਂ ਹੈ, ਲਾਹੌਰ ਦੇ ਰਹਿਣ ਵਾਲੇ ਹਨ ਔਰ ਅਮੀਰ ਸਿੱਖ ਵਿਆਪਾਰੀ ਹਨ। ਪਿਛਲੇ ਦਿਨੀ ਵੀ ਦਾਸ ਦੇ ਅੱਜ ਕੀਤੀ ਸੀ, ਬਹੁਤ ਸਾਰੇ ਧਾਰਮਿਕ ਗ੍ਰੰਥ ਸ਼ਾਸਤਰ ਔਰ ਰਹਿਬਰ ਪੈਗੰਬਰ ਐਸਾ ਬਚਨ ਕਰਦੇ ਆਏ ਨੇ ਕਿ ਧਨਾੜ ਬੰਦਾ ਧਰਮੀ ਨਹੀਂ ਹੋ ਸਕਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਟਵਾਰੀ ਦੇ ਘਰ ਸਤਿਗੁਰਾਂ ਦਾ ਆਗਮਨ ਅਵਤਾਰ ਹੋਇਆ ਔਰ ਕਈ ਪਿੰਡਾਂ ਦੇ ਮਾਲਕ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ, ਕਈ ਪਿੰਡਾਂ ਦੇ ਖੁੱਲ੍ਹੀ ਜ਼ਮੀਨ, ਹਾਥੀ ਘੋੜੇ ਆਦਿਕ ਦੀ ਕੋਈ ਗਿਣਤੀ ਨਹੀਂ ਸੀ। ਔਰ ਜਿਸ ਪਾਵਨ ਅਸਥਾਨ 'ਤੇ ਆਪ ਜੀ ਬੈਠੇ ਹੋ ਸਤਿਸੰਗਤ ਜੀ, ਸਾਲ ਸਰਾਏ ਜੀ ਜੋਹਰੀ ਜੀ ਸਾਹਿਬ, ਗ੍ਰੰਥਾਂ ਵਿੱਚ ਲਿਖਿਆ ਕਿ ਜਿੰਨੀ ਜਾਇਦਾਦ ਉਦੋਂ ਹਿੰਦੁਸਤਾਨ ਵਿੱਚ ਸੀ ਉਨੀ ਜਾਇਦਾਦ ਉਦੋਂ ਬਿਹਾਰ ਵਿੱਚ ਸੀ, ਇੰਨਾ ਇਹ ਅਮੀਰ ਪ੍ਰਾਂਤ ਸੀ। ਸਤਿਗੁਰਾਂ ਦੀ ਕਥਾ ਵਿੱਚ ਬਚਨ ਆਉਂਦਾ ਮਹਾਰਾਜ 250 ਪਿੱਛੇ ਸਨ ਇੱਥੋਂ ਪਟਨੇ ਤੋਂ, ਕੁਸਮਪੁਰ ਨਾਉਂ ਸੀ, 250 ਅਤੇ 250 ਤੋਂ ਇਹ ਸ਼ਹਿਰ ਜਗਦਾ ਸੀ। ਇੱਕ ਕੋਹ ਜਿਹੜਾ ਹੈ ਉਹ 3.2 ਕਿਲੋਮੀਟਰ ਦਾ ਬਣਦਾ, ਮਤਲਬ ਬਹੁਤ ਅਮੀਰ ਅਤੇ ਹੱਸਦਾ ਵੱਸਦਾ ਇਹ ਸ਼ਹਿਰ ਸੀਗਾ। ਫਿਰ ਦੂਸਰੀ ਗੱਲ, ਲਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮੁੱਲ ਵੇਚਿਆ ਚਾਹਿਆ ਤੇ 100 ਰੁਪਈਆ ਦਰਸ਼ਨੀ ਭੇਟਾ, ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ 5 ਰੁਪਏ ਦੀ ਪੂਰੇ ਦੇ ਪੂਰੇ ਪਿੰਡ ਦੀ ਜ਼ਮੀਨ ਖਰੀਦੀ ਜਾ ਸਕਦੀ ਸੀ, 100 ਰੁਪਈਆ ਦਰਸ਼ਨੀ ਭੇਟਾ, ਜਿਹਦੀ ਮਹਿਮਾ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਕਰੋੜਾਂ ਰੁਪਈਏ ਬਣਦੀ ਹੈ। ਸੋ ਐਸੇ ਐਸੇ ਅਮੀਰ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੱਖ ਹੋਏ ਨੇ, ਇਹ ਬੜੀ ਨਿਆਰੀ ਅਤੇ ਪਿਆਰੀ ਗੱਲ ਹੈ। ਦੁਨੀਆਂ ਦੇ ਧਰਮ ਦੀਆਂ ਮਨੌਤਾਂ ਗ੍ਰੰਥਾਂ ਰਹਿਬਰਾਂ ਤੋਂ ਨਿਵੇਕਲੀ ਅਤੇ ਨਿਆਰੀ ਅਤੇ ਪਿਆਰੀ ਗੱਲ ਹੈ। ਭਾਈ ਮਨਸੁਖ ਹੀਰੇ ਆਦਿਕ ਦਾ ਵਪਾਰ ਕਰਿਆ ਕਰਦੇ ਸਨ, ਜੌਹਰੀ ਸਨ, ਅਮੀਰੜੇ ਸਿੱਖ ਸਨ। ਇਹਨਾਂ ਨੇ ਜਾ ਕੇ ਰਾਜੇ ਸ਼ਿਵਨਾਭ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਹਿਮਾ ਮਰਜ਼ਾਦਾ ਨੂੰ ਅਪਣਾਇਆ। ਲੋਕ ਬਰਤ ਰੱਖਦੇ ਸਨ, ਇਹਨਾਂ ਨੇ ਬਰਤ ਨਾ ਰੱਖੇ, ਬਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਨ, ਇਹ ਸਿਧਾਂਤ ਨੂੰ ਅਪਣਾਇਆ। ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗੁਰਸਿੱਖ ਅੱਗੇ ਝੁਕਿਆ, ਕਿਹਾ ਸਿੱਖ ਬਣਾ ਲਵੋ। ਗੁਰੂ ਕੇ ਸਿੱਖ ਨੇ ਕਿਹਾ ਮੈਂ ਤਾਂ ਆਪ ਸਿੱਖ ਹਾਂ, ਮੈਂ ਤੈਨੂੰ ਕੀ ਸਿੱਖ ਬਣਾਵਾਂਗਾ, ਕਿਹਦਾ ਸਿੱਖ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਖ ਹਾਂ। ਭਾਈ ਕਿੱਥੇ ਰਹਿੰਦੇ ਨੇ ਜੀ? ਉਹ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਬੈਰਾਜ ਦਰਸ਼ਨ ਹੋ ਸਕਦਾ ਜੀ? ਹਾਂ ਜੀ ਹੋ ਸਕਦਾ, ਚੇਤੇ ਕਰੋਗੇ ਤਾਂ ਸਤਿਗੁਰੂ ਕੋਲ ਆਉਣਗੇ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪੇਖਣ ਕਾ ਜਾਓ। ਸਤਿਸੰਗਤ ਜੀ, ਗੁਰਸਿੱਖ ਦਾ ਜੀਵਨ ਪ੍ਰਚਾਰ ਹੋਵੇ, ਜੇ ਖਾਲੀ ਪ੍ਰਚਾਰ ਹੋਵੇ ਜੀਵਨ ਨਾ ਹੋਵੇ ਤਾਂ ਜੀਵਨ ਨਹੀਂ ਬਦਲਦੇ, ਜ਼ਿੰਦਗੀਆਂ ਨਹੀਂ ਬਦਲਦੀਆਂ। ਜੀਵਨ ਉੱਚਾ ਹੋਵੇ ਨਾਲ ਪ੍ਰਚਾਰ ਵੀ ਹੋਵੇ ਅਤੇ ਸੋਨੇ 'ਤੇ ਸੁਹਾਗਾ, ਅਤੇ ਭਾਵੇਂ ਪ੍ਰਚਾਰ ਨਾ ਵੀ ਹੋਵੇ ਕਿਸੇ ਕਾਰਨ ਵੱਸ, ਜੇ ਜੀਵਨ ਉੱਚੇ ਅਤੇ ਸੁੱਚੇ ਹੋਣ ਅਤੇ ਪੰਥ ਦੀ ਚੜ੍ਹਦੀ ਕਲਾ ਹੈ, ਐਸਾ ਕਰਨੀ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ। ਸੋ ਇਹ ਗੁਰੂ ਕੇ ਸਿੱਖ ਦੀ ਕਰਨੀ ਐਸੀ ਕਿ ਰਾਜਾ ਸ਼ਿਵਨਾਭ ਸਤਿਗੁਰਾਂ ਦਾ ਸ਼ਰਧਾਲੂ ਬਣਿਆ, ਬੇਸਬਰੀ ਨਾਲ ਮਹਾਰਾਜ ਦੀ ਉਡੀਕ ਕਰਨ ਲੱਗਾ। ਅਤੇ ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ, ਬਹੁਤ ਸਾਰੇ ਪਖੰਡੀ ਢੌਂਗੀ ਲੋਕ ਜਿਹੜੇ ਸਨ ਉਹ ਆਪਣਾ ਨਾਂ ਨਾਨਕ ਸਦਵਾ ਕੇ ਅਤੇ ਰਾਜੇ ਸ਼ਿਵਨਾਭ ਨੂੰ ਲੁੱਟਣ ਵੀ ਲੱਗੇ, ਗੁੰਮਰਾਹ ਵੀ ਕਰਨ ਲੱਗੇ ਪਖੰਡ ਕਰਕੇ। ਸੱਚੇ ਗੁਰੂ ਦੀ ਭਾਲ ਵਿੱਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬੇਸਬਰੀ ਨਾਲ ਉਡੀਕ ਕਰਦਾ ਰਾਜਾ ਸ਼ਿਵਨਾਭ ਆਪਣੇ ਸ਼ਹਿਰ ਦੇ ਵਿੱਚ। ਇੱਧਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਰਾਜੇ ਸ਼ਿਵਨਾਭ ਦੇ ਪ੍ਰੇਮ ਦੀ ਖਿੱਚ ਪਈ। ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ ਕਿ ਜ਼ਰੂਰੀ ਨਹੀਂ ਕਿ ਇੱਕ ਪੁੱਤ ਹੀ ਮਾਂ ਨੂੰ ਚੇਤੇ ਕਰਦਾ, ਮਾਂ ਵੀ ਚੇਤੇ ਕਰਦੀ ਹੈ, ਕਿਉਂਕਿ ਉਹਦਾ ਖੂਨੇ ਜਿਗਰ ਹੈ, ਉਹਦੇ ਜਿਗਰ ਦਾ ਖੂਨ ਹੈ, ਉਹਦੇ ਹੱਡ ਖੁਰੇ ਨੇ ਅਤੇ ਬੱਚੇ ਦੇ ਹੱਡ ਬਣੇ ਨੇ। ਮਾਂ ਨੇ ਆਪਣਾ ਸਰੀਰ ਘੋਲ ਘੋਲ ਕੇ ਬੱਚੇ ਨੂੰ ਦੁੱਧ ਬਣਾ ਕੇ ਪਿਲਾਇਆ, ਉਹ ਕਿਉਂ ਨਾ ਚੇਤੇ ਕਰੇਗੀ? ਭਾਈ ਜ਼ਰੂਰ ਚੇਤੇ ਕਰੇਗੀ। ਜ਼ਰੂਰੀ ਨਹੀਂ ਕਿ ਸਿੱਖ ਹੀ ਗੁਰੂ ਨੂੰ ਯਾਦ ਕਰਦਾ, ਗੁਰੂ ਵੀ ਸਿੱਖ ਨੂੰ ਯਾਦ ਕਰਦੇ ਨੇ ਔਰ ਬੜੇ ਪਿਆਰ ਨਾਲ ਯਾਦ ਕਰਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਮੰਤਰ ਮਾਤਰ ਸਿਮਰਨ, ਮਹਾਂਪੁਰਖੇ ਦੇ ਅਰਥ ਪੜਾਇਆ ਕਰਦੇ ਅਨਵੇਂ ਕਰਕੇ, ਕਿ ਗੁਰੂ ਕਾ ਸਿੱਖ ਭਾਵੇਂ ਮੰਤਰ ਮਾਤਰ ਹੀ ਸਿਮਰਨ ਕਰੇ, ਮਤਲਬ ਉੱਤੋਂ ਹੀ ਚੇਤੇ ਕਰ ਲਵੇ ਬਸ। ਅਤੇ ਗੁਰੂ ਨੂੰ ਵਾਰ ਵਾਰ ਚੇਤੇ ਕਰਦੇ ਨੇ ਔਰ ਦਿਲ ਦੇ ਪ੍ਰੇਮ ਦੇ ਨਾਲ ਚੇਤੇ ਕਰਦੇ ਨੇ। ਇਹ ਗੁਰੂ ਕਾ ਸਿੱਖ ਰਾਜਾ ਸ਼ਿਵਨਾਭ ਗੁਰੂ ਨੂੰ ਚੇਤੇ ਕਰਦਾ ਅਤੇ ਗੁਰੂ ਇਹਨੂੰ ਚੇਤੇ ਕਰਦੇ ਨੇ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਹਨ।
ਬਾਬਾ ਜੀ ਬਾਬਾ ਮਰਦਾਨਾ ਜੀ ਸਾਹਿਬ, ਬਾਬਾ ਜੀ ਬਾਬਾ ਬਾਲਾ ਜੀ ਸਾਹਿਬ, ਇਹਨਾਂ ਨੂੰ ਨਾਲ ਲੈ ਕੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਜੀਵਨ ਦੀ ਵੱਡੀ ਪਹਿਲੀ ਯਾਤਰਾ, ਪਹਿਲੀ ਉਦਾਸੀ ਜੋ ਪੂਰਬ ਦੇ ਵਿੱਚ ਸੀਗੀ, ਔਰ ਉਹ ਉਦਾਸੀ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪਟਨੇ ਦੀ ਧਰਤੀ 'ਤੇ ਆਉਂਦੇ ਨੇ। ਪਹਿਲੀ ਯਾਤਰਾ ਦੌਰਾਨ ਉਹ ਉਦਾਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਸ਼ੁਰੂ ਕਰਦੇ ਨੇ, ਚਾਲਾਂ ਮਾਰਦੇ ਨੇ। ਬੜੀ ਪਿਆਰੀ ਸਤਿਗੁਰਾਂ ਦੀ ਕਥਾ, ਆਓ ਭਾਈ ਮਹਾਰਾਜ ਜੀ ਦੀ ਪਿਆਰੀ ਕਥਾ ਦੇ ਨਾਲ ਜੁੜੋ ਜਿਤਨੇ ਵੀ ਸਰੀਰ। ਬੜੀ ਖੁਸ਼ੀ ਦੀ ਗੱਲ ਹੈ, ਸਤਿਗੁਰੂ ਪਿਤਾ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਅਵਤਾਰ ਅਸਥਾਨ 'ਤੇ, ਮਹਾਰਾਜ ਜੀ ਦੀ ਜਨਮ ਭੂਮ 'ਤੇ ਬੇਅੰਤ ਗੁਰੂ ਕੇ ਗੁਰਸਿੱਖ ਮਹਾਤਮਾ ਕਰਨੀ ਵਾਲੇ ਬੰਦਗੀ ਵਾਲੇ ਤੱਤ ਬੇਤੇ ਗੁਰੂ ਕੀਆਂ ਸੰਪਰਦਾਵਾਂ ਦੇ ਮੁਖੀ ਮਹਾਂਪੁਰਖ, ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਆਰੇ ਗੁਰਸਿੱਖ ਹਾਜ਼ਰੀ ਭਰਦੇ ਨੇ। ਸੋ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੇ ਬਹੁਤ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਤੇ ਕਰਵਾਇਆ, ਜਦੋਂ ਇੱਥੇ ਪਟਨਾ ਸਾਹਿਬ ਸੰਨ 2017 ਦੇ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਗੁਰਪੁਰਬ ਬੇਨਜ਼ੀਰ ਬੇਮਿਸਾਲ ਲਾਸਾਨੀ ਰੂਪ ਦੇ ਵਿੱਚ ਮਨਾਇਆ ਗਿਆ, ਜੋ ਕਿ ਇਸ ਬ੍ਰਹਿਮੰਡ ਦਾ ਸਭ ਤੋਂ ਵੱਡਾ ਉਤਸਵ ਸੀਗਾ। ਖੁਸ਼ੀਆਂ ਸਨ, ਜਿੱਥੇ ਇੱਥੇ ਮਨਾਇਆ ਗਿਆ ਉੱਥੇ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ, ਔਰ ਇੰਗਲੈਂਡ ਦੇ ਵਿੱਚ ਵੀ ਭਾਈ ਬਵਿੰਦਰ ਸਿੰਘ ਜੀ ਬਹੁਤ ਸਾਰੀਆਂ ਜਥੇਬੰਦੀਆਂ ਨੌਜਵਾਨ ਗੁਰਸਿੱਖਾਂ ਨੂੰ ਲੈ ਕੇ ਉੱਥੇ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਬਹੁਤ ਵੱਡੇ ਪੱਧਰ 'ਤੇ ਇਹਨਾਂ ਗੁਰਮੁਖਾਂ ਨੇ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ 350 ਸਾਲਾ ਵੱਡੇ ਪੱਧਰ 'ਤੇ ਮਨਾਇਆ। ਸਤਿਗੁਰਾਂ ਦਾ ਜੀਵਨ, ਸਤਿਗੁਰਾਂ ਦੀ ਬਾਣੀ ਦਾ ਬਹੁਤ ਸੁਚੱਜੇ ਤਰੀਕੇ ਨਾਲ, ਦ੍ਰਿੜਤਾ ਦੇ ਨਾਲ, ਭਾਵਨਾ ਦੇ ਨਾਲ ਪ੍ਰਚਾਰ ਕੀਤਾ, ਔਰ ਬਹੁਤ ਸੰਗਤ ਨੂੰ ਹਮੇਸ਼ਾ ਹੀ ਪ੍ਰੇਰਿਆ ਕਿ ਵੱਧ ਤੋਂ ਵੱਧ ਸੰਗਤ ਜੋ ਦੇਸ਼ਾਂ ਵਿਦੇਸ਼ਾਂ ਦੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਜਨਮ ਭੂਮ 'ਤੇ ਜਾਵੇ, ਤਾਂ ਕਿ ਸੰਗਤ ਦਾ ਝੁਕਾਅ ਇੱਧਰ ਹੋਵੇ, ਹੋਰ ਵੀ ਇਸ ਪਾਵਨ ਅਸਥਾਨ ਦੀ ਬਣਾਵਟ ਸੁੰਦਰਤਾ ਅਤੇ ਪ੍ਰਬੰਧ ਆਦਿਕ ਜੋ ਹਨ, ਇਹਨਾਂ ਵਿੱਚ ਚੜ੍ਹਦੀ ਕਲਾ ਹੋਵੇ। ਉਹ ਗੁਰਮੁਖ ਪਿਆਰੇ ਵੀ ਵੱਡੀ ਗਿਣਤੀ ਵਿੱਚ 40 ਸਰੀਰ ਲੈ ਕੇ ਗਰੀਬ ਨਿਵਾਜ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ। ਮਹਾਂਪੁਰਖ ਹਰੀਆਂ ਵੇਲਾਂ ਵਾਲੇ ਬਾਬਾ ਜੀ ਬਾਬਾ ਨਿਹਾਲ ਸਿੰਘ ਸਾਹਿਬ ਜੀ ਆਦਿਕ ਅਨੰਤ ਗੁਰੂ ਕੇ ਗੁਰਸਿੱਖ, ਔਰ ਘਰਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਚੌਂਕੜੇ ਮਾਰ ਕੇ ਪਰਿਵਾਰਾਂ ਰਿਸ਼ਤੇਦਾਰਾਂ ਸਮੇਤ ਸਤਿਗੁਰਾਂ ਦੀ ਕਥਾ ਸਰਵਣ ਕਰਦੇ ਨੇ। ਆਓ ਭਾਈ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਪਿਆਰੀ ਕਥਾ ਹੈ, ਜਿਹਨੂੰ ਸੁਣ ਕੇ ਆਤਮਿਕ ਅਧਿਆਤਮਿਕ ਰੂਹਾਨੀ ਵਿਕਾਸ ਹੁੰਦਾ ਹੈ, ਮਹਾਰਾਜ ਦੇ ਪ੍ਰਤੀ ਸ਼ਰਧਾ ਬਣਦੀ ਹੈ, ਸਤਿਗੁਰਾਂ ਦੇ ਨਾਲ ਨੇੜਤਾ ਬਣਦੀ ਹੈ। ਸਤਿਗੁਰਾਂ ਦੀ ਪਿਆਰੀ ਕਥਾ ਦੇ ਨਾਲ ਜੁੜੋ। ਆ ਨਿੱਕੇ ਨਿੱਕੇ ਪਿਆਰੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਿਓ, ਤਾਂ ਕਿ ਸ਼ਾਂਤੀ ਵਾਲਾ ਮਾਹੌਲ ਬਣਿਆ ਰਹੇ। ਮੋਬਾਈਲ ਫੋਨ ਖਾਸ ਕਰਕੇ ਬੰਦ ਜਾਂ ਸਾਇਲੈਂਟ 'ਤੇ ਲਾਓ, ਭਾਵ ਇਕਾਗਰਤਾ ਬਣਾਓ, ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਤ ਧਰਮੇ ਕਿਤ ਅਗੀ ਬਸੰਤੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸਾਹਿਬ ਜੀ ਨੂੰ ਕਹਿੰਦੇ, ਵੇ ਮਰਦਾਨਿਆਂ, ਅਸਾਂ ਨੇ ਹੁਣ ਨਨਕਾਣਾ ਸਾਹਿਬ ਰਾਏ ਭੋਜ ਦੀ ਤਲਵੰਡੀ ਤੋਂ ਚਾਲਾ ਮਾਰਨਾ। ਮਹਾਰਾਜ ਕਿੱਥੇ ਜਾਣਾ ਹੈ? ਸਤਿਗੁਰੂ ਕਹਿੰਦੇ ਜਿੱਥੇ ਪਰਮਾਤਮਾ ਪ੍ਰੇਰੇਗਾ ਜਹ ਭੇਜੇ ਹੈ ਤਹ ਜਾਵਾ, ਜਿੱਥੇ ਉਹ ਭੇਜੇਗਾ ਉੱਥੇ ਅਸੀਂ ਜਾਵਾਂਗੇ। ਮਹਾਰਾਜ ਕੀ ਦੇਖਾਂਗੇ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪਰਮੇਸ਼ਰ ਨੇ ਨਦੀਆਂ ਨਾਲੇ ਕੁਦਰਤ ਪਰਬਤ ਪਹਾੜ ਬਨਸਪਤੀ ਅਨੇਕਾਂ ਪ੍ਰਕਾਰ ਦੇ ਜੀਵ ਜੰਤੂ ਭੈੜੇ ਚੰਗੇ ਮਨਮੁਖ ਗੁਰਮੁਖ ਚੋਰ ਠੱਗ ਸਾਧੂ ਲਟੇਰੇ ਦਾਨੀ ਪੁੰਨੀ ਹਰ ਪ੍ਰਕਾਰ ਦੀ ਸ੍ਰਿਸ਼ਟੀ ਰਚੀ ਹੈ, ਔਰ ਉਹ ਸ੍ਰਿਸ਼ਟੀ ਅਸੀਂ ਦੇਖਾਂਗੇ। ਕਿਧਰੇ ਕੋਈ ਧਰਮੀ ਮਨੁੱਖ ਵੱਸਦੇ ਹਨ, ਕਿਧਰੇ ਕੋਈ ਪਾਪੀ ਮਨੁੱਖ ਰਹਿੰਦੇ ਹਨ ਸੰਸਾਰ ਵਿੱਚ। ਕਹੋ ਦੁਖੀ ਕਹਿ ਸੁਖੀ ਰਹੰਤੇ। ਕਿਧਰੇ ਕੋਈ ਦੁਖੀ ਵੱਸਦਾ ਹੈ, ਕਿਧਰੇ ਕੋਈ ਸੁਖੀ ਵੱਸਦਾ ਸੁਖ ਭੋਗਦਾ ਹੈ, ਸਭ ਨੂੰ ਦੇਖਾਂਗੇ, ਸਭ ਨੂੰ ਮਿਲਾਂਗੇ। ਨਿਗਮਾਗਮ ਕਿਤ ਕਥਿਤ ਪੁਰਾਣਾ। ਔਰ ਕਹਿੰਦੇ ਕੋਈ ਵੇਦ ਸ਼ਾਸਤਰ ਪੜ੍ਹਦਾ ਹੈ, ਕੋਈ ਪੁਰਾਣ ਪੜ੍ਹਦਾ ਹੈ ਹਿੰਦੂ ਬਣ ਕੇ ਸਨਾਤਨੀ ਬਣ ਕੇ। ਕਹੂੰ ਤੁਰਕ ਹੈ ਪੜ੍ਹਤ ਕੁਰਾਨਾ। ਕਿਧਰੇ ਕੋਈ ਤੁਰਕੜਾ ਬਣ ਕੇ, ਕੋਈ ਮੁਸਲਮਾਨ ਕੋਈ ਮੋਮਨ ਬਣ ਕੇ ਅੱਲਾਹੂ ਅਕਬਰ ਦੀਆਂ ਬਾਂਗਾਂ ਦਿੰਦਾ ਹੈ, ਪੁਕਾਰਾ ਕਰਦਾ ਹੈ, ਮੁੱਲਾ ਮੁੱਲੇ ਜਿਹੜੇ ਮੁੱਲਾਂ ਲੋਕ ਜਿਹੜੇ ਮੁਨਾਰਿਆਂ 'ਤੇ ਚੜ੍ਹ ਕੇ
ਵਾਹਿਗੁਰੂ ਦੀ ਖੁਦਾ ਦੀ ਇਬਾਦਤ ਕਰਦੇ ਨੇ ਉਹਨਾਂ ਨੂੰ ਵੀ ਮਿਲਾਂਗੇ ਭਾਈ। ਦੇਸ਼ ਵਿਦੇਸ਼ਾਂ ਕੀ ਬਹੁ ਭਾਖਾ, ਦੇਸ਼ਾਂ ਵਿਦੇਸ਼ਾਂ ਦੀ ਅਨੇਕਾਂ ਪ੍ਰਕਾਰ ਦੀ ਭਾਸ਼ਾ ਹੈ, ਬੋਲੀ ਹੈ, ਸਾਰੀ ਸੁਣਾਂਗੇ, ਸਮਝਾਂਗੇ, ਲਿਖਾਂਗੇ, ਵਿਚਾਰਾਂਗੇ, ਬੋਲਾਂਗੇ, ਉਪਦੇਸ਼ ਦਿਆਂਗੇ ਸਭ ਨੂੰ। ਚਲ ਹੋ ਬਿਲੋ ਕਣ ਕੀ ਅਬ ਲਖ, ਚਲੋ ਭਾਈ ਸਾਡੇ ਮਨ ਵਿੱਚ ਬੜੀ ਇੱਛਾ ਹੈ ਜੋ ਸੰਸਾਰ ਵਾਹਿਗੁਰੂ ਦਾ ਰਚਿਆ ਹੋਇਆ ਵਿਚਰਦੇ ਫਿਰ ਇਹ ਸੰਸਾਰ ਮੈਂ ਪ੍ਰਭ ਜੀ ਹੁਕਾਮੀ। ਸੁਣ ਕਰ ਬਚਨ ਕਹਿ ਤੂੰ ਮਰਦਾਨਾ, ਸੁਣ ਕਰਕੇ ਭਾਈ ਮਰਦਾਨਾ ਜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਰਦੇ, ਕੀ ਬਚਨ ਕਰਦੇ? ਪ੍ਰਭੂ ਸਮਰੱਥ ਸਕਲ ਗੁਣ ਖਾਨਾ, ਮਹਾਰਾਜ ਆਪ ਜੀ ਸਮਰੱਥ ਹੋ, ਸਮਰੱਥਾ ਦੇ ਮਾਲਕ ਹੋ, ਗੁਣਾਂ ਦੇ ਖਜ਼ਾਨੇ ਹੋ ਆਪ। ਜਹ ਇੱਛਾ ਤੁਮ ਚਲ ਹੋ ਅਗਾਰੀ, ਮਹਾਰਾਜ ਜਿੱਥੇ ਆਪ ਜੀ ਦੀ ਇੱਛਾ ਹੈ ਤਿੱਥੇ ਆਪ ਜੀ ਚੱਲੋ, ਆਪ ਜੀ ਅੱਗੇ ਅੱਗੇ ਚੱਲੋ, ਹਾਂ ਪਿੱਛੇ ਲਾਗ ਚਲੀ, ਰਾਵਰ ਕੀ ਸਦਾ ਪਿਛਾਰੀ। ਮਹਾਰਾਜ ਅਸੀਂ ਆਪ ਜੀ ਦੇ ਅਨਸਾਰੀ ਹਾਂ, ਜੋ ਕਿਛ ਕਰੈ ਸੋਈ ਪਲ ਮਾਨੋ, ਨਾਹਿਨ ਨਾ ਕਾ ਬੋਲ ਕਰਤ, ਅਸੀਂ ਤਾਂ ਨਾ ਦਾ ਬੋਲ ਕਰਨਾ ਹੀ ਨੀ ਮਹਾਰਾਜ। ਜਿੱਧਰ ਆਪ ਜੀ ਪ੍ਰੇਰੇਓਗੇ, ਜਿਉਂ ਪ੍ਰੇਰੇ ਤਿਉਂ ਕਰਨਾ, ਤੁਮ ਸਭ ਪ੍ਰਭ ਕੀ ਸਰਨ ਛੋਰੀ। ਮਹਾਰਾਜ ਆਪ ਜੀ ਵਰਗੇ ਸਮਰੱਥ ਪ੍ਰਭੂ ਦੀ ਚਰਨਾਂ ਦੀ ਸ਼ਰਨ ਛੱਡ ਕੇ ਕੌਣ ਜਾਵੇਗਾ ਬੇਵਕੂਫ ਇੱਧਰ ਉੱਧਰ। ਕਾਂਕੋ ਕਹੋ ਅਲੰਬ ਬਹੋਰੀ, ਮਹਾਰਾਜ ਕਿਹਦਾ ਆਸਰਾ ਤੱਕਾਂਗੇ, ਤੁਮਹੇ ਛੋਟ ਜਾਈਏ ਪ੍ਰਭ ਕੈਨ ਧਰ, ਆਣ ਨਾ ਬੀਆ ਤੇਰੀ ਸਮਸਰ, ਤੇਰੇ ਬਰਾਬਰ ਕੋਈ ਹੈ ਹੀ ਨੀ, ਫਿਰ ਕਿਹਨੂੰ ਝਾਕਣਾ, ਕਿਹਦੇ ਵੱਲ ਓਟ ਰੱਖਣੀ ਹੈ, ਕਿਹਦੇ ਵੱਲ ਝਾਕ ਰੱਖਣੀ ਹੈ ਤੇਰੇ ਤੋਂ ਬਿਨਾਂ। ਮਹਾਰਾਜ ਤੁਝ ਬਿਨ ਕੋ ਨਾਹੀਂ ਪ੍ਰਭ ਰੱਖਣ ਹਾਰਾ ਰਾਮ। ਸੁਣ ਹੋ ਗੁਰੂ ਅੰਗਦ ਜਗਤ ਦਾਨੀ, ਭਾਈ ਬਾਲਾ ਜੀ ਸਾਹਿਬ ਖਡੂਰ ਦੀ ਪਾਵਨ ਧਰਤੀ ਸਰੋਵਰ ਦੇ ਕੰਢੇ ਤੇ ਬਣਿਆ ਹੋਇਆ ਸਥਲ ਹੈ, ਉੱਥੇ ਬਹਿ ਕੇ ਚੌਂਕੜਾ ਮਾਰ ਕੇ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਨੇਤਰ ਬੰਦ ਕਰਕੇ ਗੋਡਿਆਂ ਤੇ ਬਾਹਾਂ ਰੱਖ ਕੇ ਪ੍ਰੇਮ ਸਹਿਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਸੁਣਾਉਂਦੇ, ਤੇ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣੋ, ਗੁਰੂ ਕੀ ਸਾਧ ਸੰਗਤ, ਗੁਰੂ ਕਾ ਖਾਲਸਾ ਜੀ ਸੁਣੋ, ਗੁਰੂ ਕਾ ਇਤਿਹਾਸ। ਬੰਦ ਪਾਨ ਪੁਨ ਮੈਂ ਕਹਿ ਬਾਨੀ, ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੈਂ ਬੇਨਤੀ ਕੀਤੀ ਹੈ। ਦੀਨ ਦਿਆਲ ਰਾਖ ਨਿਜ ਸਾਥਾ, ਗਰੀਬ ਨਵਾਜ ਸਤਿਗੁਰੂ ਕਿਰਪਾ ਕਰਕੇ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੋ ਮਹਾਰਾਜ, ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰਿਓ, ਨਾਲ ਰੱਖਿਓ ਮਹਾਰਾਜ। ਤੁਮ ਸਭ ਦੇਖੋ ਔਰ ਨਾ ਨਾਥ, ਮਹਾਰਾਜ ਤੇਰੇ ਵਰਗਾ ਨਾਥ, ਤੇਰੇ ਵਰਗਾ ਮਾਲਿਕ, ਤੇਰੇ ਵਰਗਾ ਖਸਮ, ਤੇਰੇ ਵਰਗਾ ਸਵਾਮੀ ਸੰਸਾਰ ਤੇ ਕੋਈ ਨਹੀਂ। ਤੂੰ ਨੇ ਖਸਮਿਆਂ ਦਾ ਖਸਮ ਹੈ, ਜਿਹੜੇ ਅਨਾਥ ਯਤੀਮ ਬੇਸਹਾਰਾ ਲੋਕ ਨੇ ਉਹਨਾਂ ਦਾ ਤੂੰ ਸਹਾਰਾ ਹੈ ਮਹਾਰਾਜ, ਸਾਡਾ ਆਸਰਾ ਹੈ। ਸੁਣ ਕੇ ਬਚਨ ਪ੍ਰਸੀਦ ਵਿਸਾਲਾ, ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਸਾਹਿਬ ਜੀ ਦੀ ਭਾਵਨਾ, ਭਾਈ ਮਰਦਾਨਾ ਜੀ ਸਾਹਿਬ ਜੀ ਦੀ ਸ਼ਰਧਾ ਪ੍ਰਸਿੱਧੇ ਹਨ, ਮੇਰੇ ਪ੍ਰਭ ਕੋ ਕਿਰਪਾ ਆਈ। ਭਾਈ ਪਰਦੋਖ ਉਠੇ ਤਹਿ ਕਾਲਾ, ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਾਮ ਦਾ ਸਮਾਂ ਹੋਇਆ ਤਾਂ ਉੱਠੇ ਹਨ, ਚੌਂਕੜਾ ਮਹਾਰਾਜ ਜੀ ਨੇ ਖੋਲਿਆ। ਆਏ ਨਗਰ ਵਿਖੇ ਨਿਜ ਸਤਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਵਿੱਚ ਆ ਗਏ। ਹੁਣ ਇਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਜਾੜ ਵਿੱਚ ਬੈਠੇ ਹੋਏ, ਜੰਗਲ ਵਿੱਚ ਬੈਠੇ ਹੋਏ, ਖੂਹ ਤੇ ਬੈਠੇ ਹੋਏ, ਬਾਹਰ ਖੇਤਾਂ ਦੇ ਵਿੱਚ, ਤੇ ਸ਼ਾਮ ਦੇ ਸਮੇਂ ਮਹਾਰਾਜ ਘਰੇ ਆਏ ਹਨ। ਪਰ ਫੁੱਲਤ ਅਰਬਿੰਦ ਸੁਬਦਨਾ, ਜਿਨ੍ਹਾਂ ਦਾ ਚਿਹਰਾ ਸਾਧ ਸੰਗਤ ਜੀ ਖਿੜਦਾ ਹੈ, ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀ, ਉਹ ਦਰਸ਼ਨ ਮਾਤਰ ਸੇ ਮੁਕਤੀ ਪ੍ਰਾਪਤ ਹੁੰਦੀ ਹੈ, ਐਸੇ ਅਮੋਘ ਦਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਵਈਆ ਬੈਨ ਕਹੇ ਨਿਜ ਧਾਮ ਵਿਖੇ, ਅਬ ਨਾਨਕ ਜੀ ਚਲ ਵੇਖਿਤ ਤਿਆਰਾ, ਅਸੀਂ ਜਾ ਕੇ ਘਰ ਵਿੱਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਧਰੇ ਹੋਰ ਜਗ੍ਹਾ ਤੇ ਚਾਲਾ ਮਾਰਿਆ ਚਾਹੁੰਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਚੜਿਆ ਸੋਧਨ ਧਰਤ ਲੁਕਾਈ, ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ, ਸਤਨਾਮ ਦਾ ਚੱਕਰ ਫਰਾਉਣ ਵਾਸਤੇ, ਨਾਨਕ ਨਿਰਮਲ ਪੰਥ ਚਲਾਉਣ ਵਾਸਤੇ, ਸੰਸਾਰ ਦੇ ਅੰਧਕਾਰ ਨੂੰ ਮਿਟਾ ਕੇ ਪ੍ਰਕਾਸ਼ ਕਰਨ ਵਾਸਤੇ ਮਹਾਰਾਜ ਜੀ ਨੇ ਕੂਚ ਕਰਨਾ। ਸੰਗ ਚਲੇ ਤਿਨ ਕੇ ਹਮ ਤਾਂ ਛਣ, ਪ੍ਰੀਤ ਵਿਸਾਲ ਦਿਆਲ ਉਦਾਰਾ, ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਅਸੀਂ ਵੀ ਚੱਲਾਂਗੇ।
ਚਾਰਾ ਹਿਰਦੇ ਵਿੱਚ ਬੜੀ ਚਿੰਤਾ ਹੈ, ਕੋਈ ਚਾਰਾ ਵੀ ਨਹੀਂ ਚੱਲਦਾ, ਕੋਈ ਯਤਨ ਵੀ ਨਹੀਂ ਚੱਲਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਈ ਰੋਕ ਲਵੇ ਇੱਥੇ। ਰਾਏ ਬੁਲਾਰ ਅਵਾਸ ਗਏ ਤੇ ਜਾਵਤ ਹੀ ਬੋਰੋ ਦਨ ਕੀਨੋ। ਉਸ ਵੇਲੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਸਾਹਿਬ, ਪਿਤਾ ਜੀ ਬਾਬਾ ਕਾਲੂ ਜੀ ਸਾਹਿਬ, ਚਾਚਾ ਜੀ ਬਾਬਾ ਲਾਲੂ ਜੀ ਸਾਹਿਬ ਆਦਿਕ ਪਰਿਵਾਰ ਰਾਏ ਬੁਲਾਰ ਸਾਹਿਬ ਜੀ ਦੇ ਕੋਲ ਗਏ ਤੇ ਜਾ ਕੇ ਵਿਰਾਗ ਦੇ ਵਿੱਚ ਜਾ ਕੇ ਬੇਨਤੀਆਂ ਕੀਤੀਆਂ ਹਨ ਰਾਏ ਬੁਲਾਰ ਸਾਹਿਬ ਦੇ ਪਾਸ। ਸ੍ਰੀ ਗੁਰ ਕੀ ਜਾਨਨੀ ਉਰ ਆਤੁਰ ਤਾਤ ਗਯੋ ਪਿਤ ਭਰਾਤ ਸੋ ਤੀਨੋ। ਸਾਰੇ ਸਤਿਗੁਰੂ ਜੀ ਮਹਾਰਾਜ ਜੀ ਦੇ ਪਰਿਵਾਰ ਬਾਬਾ ਰਾਏ ਬੁਲਾਰ ਜੀ ਦੇ ਕੋਲ ਗਏ, ਆਤੁਰ ਹੋਏ ਹਨ, ਪ੍ਰੇਮ ਦੇ ਵਿੱਚ ਆਏ ਆ ਕੇ ਬਾਬਾ ਰਾਏ ਬੁਲਾਰ ਜੀ ਸਾਹਿਬ ਜੀ ਨੂੰ ਬੇਨਤੀਆਂ ਕਰਨ ਲੱਗੇ ਹਨ। ਓਏ ਅਧੀਨ ਕਹੇ ਮੁਖ ਸੋ ਬਚ ਨਾਨਕ ਧਾਮ ਰੱਖੋ ਜਿਵ ਚੀਨੋ। ਬੇਨਤੀਆਂ ਕੀਤੀਆਂ ਰਾਏ ਬੁਲਾਰ ਜੀ ਸਾਹਿਬ, ਤੁਹਾਡਾ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੇ ਨਹੀਂ ਮੋੜਦੇ, ਅਸੀਂ ਅਧੀਨ ਹੋਏ ਹਾਂ, ਨਮਰਤਾ ਵਿੱਚ ਆਏ ਹਾਂ, ਬੇਵੱਸ ਹੋਏ ਹਾਂ, ਲਾਚਾਰ ਹੋਏ ਹਾਂ, ਆਪ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਸਾਡੇ ਕੋਲ ਹੀ ਰਹਿਣ, ਸਾਡੇ ਘਰ ਵਿੱਚ ਸਾਡੇ ਪਾਸ ਹੀ ਰਹਿਣ, ਸਾਨੂੰ ਛੋੜ ਕੇ ਨਾ ਜਾਣ। ਯੂੰ ਕੈ ਸਵਾਸ ਲਿਓ ਜਬ ਹੀ ਸੁਨ ਰਾਏ ਤਬੈ ਕਰੁਣਾ ਰਸ ਭਿੰਨੋ। ਇਸ ਵੇਲੇ ਮਾਤਾ ਜੀ ਪਿਤਾ ਜੀ ਨੇ ਲੰਮੇ ਲੰਮੇ ਠੰਡੇ ਠੰਡੇ ਸਵਾਸ ਲਏ ਨੇ ਤੇ ਰਾਏ ਬੁਲਾਰ ਜੀ ਸਾਹਿਬ ਕਰਨਾ ਰਸ ਵਿੱਚ ਆਏ, ਉਹਨਾਂ ਦਾ ਹਿਰਦਾ ਵੀ ਦਲਵੀ ਭੂਤ ਹੋਇਆ, ਇਹ ਪ੍ਰੇਮ ਵੇਖ ਕੇ ਭਾਵਕ ਹੋਏ, ਇਮੋਸ਼ਨਲ ਹੋਏ ਹਨ। ਭੁਜੰਗ ਛੰਦ ਤਵੈ ਰਾਏ ਭੇਜਿਓ ਉਮੇਦਾ ਸੋ ਦਾਸੂ। ਉਹਦਾ ਇੱਕ ਦਾਸ ਸੀਗਾ ਜਿਹਦਾ ਨਾਂ ਉਮੇਦਾ ਸੀ, ਮੁਸਲਮਾਨ ਗੁਰਮੁਖ ਭਾਉ ਭਗਤੀ ਵਾਲਾ ਨੌਜਵਾਨ ਸੀ, ਇਹ ਨੌਕਰ ਆਪਣਾ ਦਾਸ ਉਸੇ ਵੇਲੇ ਭੇਜਿਆ। ਤਪਾਤਾ ਤੇ ਕਾਲੂ ਕੇ ਜਾਵੋ ਸੋ ਪਾਸੂ। ਔਰ ਕਿਹਾ ਕਿ ਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ, ਹੁਣੇ ਉੱਠ ਕੇ ਤੁਰ ਜਾ ਭਾਈ ਤੂੰ। ਕਰੋ ਬੰਦਗੀ ਜਾਏ ਆਗੈ ਕਨੇਰੀ। ਔਰ ਕਿਹਾ ਕਿ ਉਹਨਾਂ ਦੇ ਅੱਗੇ ਜਾ ਕੇ ਬੰਦਗੀ ਕਰੀ, ਨਮਰਤਾ ਦੇ ਸਹਿਤ, ਹਲੀਮੀ ਦੇ ਸਹਿਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰੀ ਭਾਈ। ਦਇਆ ਧਾਰ ਦੀਦਾਰ ਦੀ ਜੈ ਬਿਦੇਰੀ। ਇਹ ਬੇਨਤੀਆਂ ਕਰੀ ਕਿ ਮਹਾਰਾਜ ਦਇਆ ਕਰੋ, ਹੁਣ ਦੇਰੀ ਨਾ ਲਾਓ, ਛੇਤੀ ਨਾਲ ਆੜ ਕੇ ਮੈਨੂੰ ਗਰੀਬ ਨੂੰ ਦਰਸ਼ਨ ਬਖਸ਼ੋ, ਇਹ ਮੇਰੇ ਵੱਲੋਂ ਬੇਨਤੀਆਂ ਕਰੀ ਭਾਈ। ਉਮੇਦਾ ਗਯੋ ਬੇਗਬਾਨੀ ਅਲਾਈ। ਉਸ ਵੇਲੇ ਉਮੇਦਾਂ ਨੌਕਰ ਗਿਆ, ਜਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਬੇਨਤੀਆਂ ਕੀਤੀਆਂ ਹਨ। ਤਪਾ ਜੀ ਤੂੰ ਮੈਂ ਬੰਦਗੀ ਰਾਏ ਗਾਈ। ਹੇ ਨਾਨਕ ਤਪਾ ਜੀ, ਹੇ ਨਾਨਕ ਨਿਰੰਕਾਰੀ ਜੀ, ਰਾਏ ਬੁਲਾਰ ਜੀ ਸਾਹਿਬ ਜੀ ਨੇ ਤੁਹਾਡੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਕਿਰਪਾ ਕਰਕੇ ਉਹ ਨਮਸਕਾਰ ਸਵੀਕਾਰ ਕਰੋ, ਕਬੂਲ ਕਰੋ, ਪ੍ਰਵਾਨ ਕਰੋ ਤੇ ਬੇਨਤੀਆਂ ਕਰਦੇ ਹਨ ਤੁਹਾਡੇ ਚਰਨਾਂ ਪਾਸ। ਇਕੰਬਰ ਐਕਾ ਦੀਦਾਰੰ ਦਈ ਜੈ। ਪਰਲੇ ਕਰਦੇ ਨੇ ਉਹ, ਮਿੰਨਤਾਂ ਕਰਦੇ ਨੇ ਕਿ ਇੱਕ ਵਾਰੀ ਆਣ ਕੇ ਦਰਸ਼ਨ ਬਖਸ਼ ਦਿਓ, ਬਸ ਇੱਕ ਵਾਰੀ ਦੀਦਾਰ ਦੇ ਕੇ ਆਪਣੇ ਨਿਹਾਲ ਕਰ ਦਿਓ ਆਪ। ਇਕੰ ਫਿਰ ਜਾਨੋ ਪਿਆਨੋ ਕਰੀ ਜੈ। ਉਸ ਤੋਂ ਬਾਅਦ ਜਿੱਥੇ ਜਾਣਾ ਹੋਵੇ, ਜਿੱਥੇ ਜਾ ਕੇ ਵਿਚਰਨਾ ਹੋਵੇ, ਆਪਣੀ ਮਰਜ਼ੀ ਨਾਲ ਸੁਤੰਤਰ ਹੋ ਕੇ ਵਿਚਰਨਾ, ਬਸ ਇੱਕ ਵਾਰੀ ਉਹਨਾਂ ਦੀ ਮਿੰਨਤ ਹੈ, ਇੱਕ ਵਾਰੀ ਉਹਨਾਂ ਦਾ ਤਲ ਹੈ ਕਿ ਦਰਸ਼ਨ ਦੇ ਦਿਓ ਆਪ ਜਾ ਕੇ। ਸਵਈਆ ਯੋ ਸੁਣ ਕੈ ਤਬ ਨਾਨਕ ਜੀ ਤਜ ਆਸਨ ਕੋ ਤੇ ਸੰਗ ਪਧਾਰੇ। ਗੁਰੂ ਨਾਨਕ ਦੇਵ ਜੀ ਮਹਾਰਾਜ, ਰਾਏ ਬੁਲਾਰ ਜੀ ਸਾਹਿਬ ਜੀ ਦਾ ਬਚਨ ਸੁਣ ਕੇ ਮਹਾਰਾਜ ਜੀ ਨੇ ਆਪਣਾ ਆਸਨ ਛੱਡਿਆ। ਸਾਧ ਸਿੰਘ ਜੀ, ਜਿਹੜੀਆਂ ਸੰਗਤਾਂ ਗੁਰੂ ਕੇ ਖਾਲਸੇ ਗੁਰੂ ਕੇ ਸਿੱਖ ਹਰ ਰੋਜ਼ ਸਤਿਗੁਰਾਂ ਦੀ ਪਿਆਰੀ ਕਥਾ ਸੁਣਦੇ, ਇੱਥੇ ਹਜ਼ੂਰੀ ਸੰਗਤ ਵੀ ਪਟਨਾ ਸਾਹਿਬ ਜੀ ਦੀ, ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਟਾਈਮ ਟੀਵੀ ਚੜ੍ਹਦੀ ਕਲਾ ਤੇ ਸੰਗਤ ਟੀਵੀ UK ਤੇ ਤਖ਼ਤ ਸਾਹਿਬ ਜੀ ਦਾ ਅਫੀਸ਼ਲ ਪੇਜ, ਸੋ ਸੈਂਕੜੇ ਸਰੀਰ ਸਤਿਗੁਰਾਂ ਦੀ ਕਥਾ ਸਾਧ ਸਿੰਘ ਜੀ ਪ੍ਰੇਮ ਸਹਿਤ ਸੁਣਦੇ ਨੇ, ਜਨਹਿਤ ਗੁਰਬਾਣੀ ਵੀ ਲਾਈਵ ਕਰਦਾ ਹੈ। ਸੋ ਉਹਨਾਂ ਨੇ ਬਚਨ ਸੁਣਿਆ ਹੋਵੇਗਾ, ਬੜੀ ਰਹੱਸਮਈ ਗੱਲ ਹੈ ਜੀ, ਬੜੀ ਰਹੱਸਮਈ ਕਿ ਮਹਾਰਾਜ ਆਪਣੇ ਪਰਿਵਾਰ ਦਾ ਬਚਨ ਤਾਂ ਟਾਲਦੇ ਹੋਏ ਨਜ਼ਰ ਆਉਂਦੇ, ਬੜੀ ਅਜੀਬ ਜਿਹੀ ਗੱਲ ਹੈ, ਪਰਿਵਾਰ ਦਾ ਬਚਨ ਤਾਂ ਟਾਲਦੇ ਹੋਏ ਕਈ ਵਾਰੀ ਨਜ਼ਰ ਆਉਂਦੇ ਨੇ ਪਰ ਗੁਰਸਿੱਖ ਦਾ ਬਚਨ ਨਹੀਂ ਟਾਲਦੇ, ਇਹ ਬੜੀ ਅਜੀਬ ਜਿਹੀ ਗੱਲ ਹੈ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਵੀ ਬਚਨ ਕੀਤਾ ਸੀ, ਜਦੋਂ ਸਿੱਖਾਂ ਨੇ ਕਿਹਾ ਸੀਗਾ ਕਿ ਚੰਦੂ ਲਾਲ ਪਾਪੀ ਦਾ ਰਿਸ਼ਤਾ ਨਹੀਂ ਕਬੂਲ ਕਰਨਾ, ਉਦੋਂ ਵੀ ਮਾਨ ਨੇ ਕਿਹਾ ਵੀ ਮੇਰਾ ਪਰਿਵਾਰ ਭਾਵੇਂ ਜਾਵੇ ਮੈਨੂੰ। ਦੇ ਨਾਲ ਉਹ ਸੇਵਾ
ਸਤਿਕਾਰ ਦੇ ਨਾਲ ਉਸੇ ਵੇਲੇ ਉੱਠ ਕੇ ਤੁਰ ਪਏ ਹਨ। ਰਾਏ ਰਿਦੈ ਸੁਖ ਸੋ ਬਿਗਸਾਨ ਪ੍ਰੀਤਮ ਕੋ ਜਬ ਰੂਪ ਨਿਹਾਰੇ। ਉਹਨੇ ਆਪਣੇ ਪਿਆਰੇ ਪ੍ਰੀਤਮ ਦਾ ਸੋਹਣਾ ਮੁਖੜਾ ਤੱਕਿਆ ਨਾ, ਤੇਰੇ ਰੂਪ ਸਗਲ ਦੇਖ ਮੋਹੀ। ਇੰਨਾ ਸੁੰਦਰ ਸਰੂਪ ਕਿ ਜਿਹਨੂੰ ਬਾਣੀ ਵਿੱਚ ਸਾਧ ਸੰਗਤ ਜੀ ਅਨੁਪਮ ਰੂਪ ਆਖਿਆ, ਜੈਸਾ ਰੂਪ ਇਸ ਬ੍ਰਹਿਮੰਡ ਵਿੱਚ ਬਣਿਆ ਨਹੀਂ। ਕਿਧਰੇ ਮਹਾਕਵੀ ਕਵੀਆਂ ਦੇ ਸਰਤਾਜ ਕਵੀ ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਦਾਂ ਦੇ ਬਚਨ ਵੀ ਕਰ ਦਿੰਦੇ ਪ੍ਰੇਮ ਵਿੱਚ ਆਏ। ਉਹ ਕਹਿੰਦੇ ਸੰਸਾਰ ਦੀ ਸਾਰੀ ਸੁੰਦਰਤਾ ਇੱਕ ਥਾਂ ਤੇ ਇਕੱਠੀ ਕਰ ਲਵੋ ਤੇ ਸ੍ਰੀ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਖੱਬੇ ਉਂਗਲ ਉਹ ਚੀਚੀ ਦਾ ਨਿੱਕਾ ਜਿਹਾ ਜਿਹੜਾ ਨਖਨ ਹੈ, ਨੋਹ ਹੈ ਜਿਹੜਾ ਨਿਲ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨੋਹ ਤੋਂ ਸੰਸਾਰ ਦੀ ਸਾਰੀ ਸੁੰਦਰਤਾ ਵਾਰੀ ਜਾ ਸਕਦੀ ਹੈ। ਐਸੇ ਸੁੰਦਰ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਚਰਨਾਂ ਦੇ ਨਖਨ ਦੀ ਨੋਹ ਦੀ ਔਰ ਸਭ ਤੋਂ ਛੋਟਾ ਨੋਹ ਜੋ ਹੈ ਉਹਦੀ ਆਭਾ ਇੰਨੀ ਸੁੰਦਰ ਹੈ, ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਮੁਖੜਾ ਕਿੰਨਾ ਸੁੰਦਰ ਹੋਵੇਗਾ। ਸਾਧ ਸੰਗਤ ਜੀ ਉਹਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ, ਉਹਨੂੰ ਪੇਸ਼ ਨਹੀਂ ਕੀਤਾ ਜਾ ਸਕਦਾ, ਉਹਦਾ ਦੇਖਾ ਹੀ ਪ੍ਰਵਾਨ ਹੈ ਭਾਈ। ਕਹਿਣ ਕਥਨ ਕੋ ਸੋਭਾ ਨਾਹੀ ਜੋ ਪੇਖੈ ਤਿਸ ਬਣ ਆਵੈ। ਉਠਤ ਪਾਮਚ ਉਪਰ ਤੇ ਟਿਕ ਸ੍ਰੀ ਗੁਰ ਜਾਇ ਕੇ ਕੀਨ ਨਿਵਾਰੇ। ਸੁਣਨ ਵਾਲਾ ਬਚਨ, ਜਦੋਂ ਉਹਨਾਂ ਨੇ ਦੂਰੋਂ ਹੁੰਦਿਆਂ ਵੇਖਿਆ ਨਾ ਤੇ ਕਹਿੰਦੇ ਰਾਏ ਬਰਾਜ ਜੀ ਸਾਹਿਬ ਤੁਸੀਂ ਬੈਠੇ ਰਹੋ, ਕਹਿੰਦੇ ਤੁਸੀਂ ਉੱਠੋ ਨਾ। ਸਾਧ ਸੰਗਤ ਜੀ ਅਨੇਕਾਂ ਵਾਰੀ ਬਚਨ, ਪਿੱਛੇ ਵੀ ਦੋ ਚਾਰ ਵਾਰੀ ਤੇ ਮੇਰੀ ਹਾਜ਼ਰੀ ਵਿੱਚ ਹੀ ਬਚਨ ਆ ਗਿਆ, ਬਾਕੀ ਆਪ ਜੀ ਤੇ ਰੋਜ਼ ਕਥਾ ਸੁਣਦੇ ਹੋ ਵੱਖ ਵੱਖ ਵਿਦਵਾਨਾਂ ਗੁਰਮੁਖਾਂ ਦੇ ਕੋਲੋਂ, ਕਿ ਜਦੋਂ ਵੀ ਮਹਾਰਾਜ ਆਉਂਦੇ ਰਾਏ ਬਲਾਰ ਸਾਹਿਬ ਉੱਠਣ ਦਾ ਯਤਨ ਕਰਦੇ, ਮਹਾਰਾਜ ਉਸੇ ਵੇਲੇ ਨਿਵਿਰਤ ਕਰ ਦਿੰਦੇ। ਸਾਧ ਸੰਗਤ ਜੀ ਭਾਵੇਂ ਅੱਜ ਸਾਡੀਆਂ ਬਿਰਤੀਆਂ ਬੜੀਆਂ ਅਜੀਬੋ ਗਰੀਬ ਹੋ ਗਈਆਂ ਨੇ, ਆਪਾਂ ਗੁਰੂ ਦਾ ਸਤਿਕਾਰ ਤੇ ਥੋੜਾ ਪਤਾ ਕਰਦੇ ਹਾਂ, ਸਿੱਖ ਦਾ ਸਤਿਕਾਰ ਸਾਡੇ ਜ਼ਰੂਰ ਇੱਥੇ ਕਹਿਣਾ ਚਾਹੁੰਦਾ, ਗੁਰੂ ਘਰ ਦੇ ਵਿੱਚ ਗੁਰੂ ਤੇ ਪੂਜਿਆ ਜਾਂਦਾ ਤੇ ਸਿੱਖ ਵੀ ਪੂਜਿਆ ਜਾਂਦਾ। ਦੋ ਸਿੱਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰੇ ਐਸੇ ਹੋਏ ਨੇ ਜਿਹੜੇ ਗੁਰੂ ਸਮਾਨ ਪੂਜੇ ਗਏ। ਇੱਕ ਤੇ ਹੋਏ ਨੇ ਬਾਬਾ ਜੀ ਬਾਬਾ ਬੁੱਢਾ ਜੀ ਸਾਹਿਬ ਬ੍ਰਹਮ ਗਿਆਨੀ, ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਉਦੋਂ ਪੰਥ ਦੀ ਅਗਵਾਈ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਕੀਤੀ। ਕਥਾ ਵਿੱਚ ਵਜਨ ਆਉਂਦਾ, ਜਿਨ ਕੋ ਅਦਬ ਰਾਖ ਗੁਰ ਆਪੂ ਤਿਸ ਕੋ ਸਮਤਾ ਕਿਸਕੀ ਜਾਪੂ। ਕਥਾ ਚ ਮੈਂ ਮਹਾਰਾਜ, ਜਦੋਂ ਬਾਬਾ ਬੁੱਢਾ ਜੀ ਸਾਹਿਬ ਹੁੰਦੇ ਸਤਿਗੁਰੂ ਸਿੰਘਾਸਨ ਤੋਂ ਉੱਠ ਕੇ ਖੜੇ ਹੁੰਦੇ ਸੀ, ਇਹ ਮਹਾਰਾਜ ਦੀ ਮਰਜ਼ਾਦਾ ਸੀ। ਦੂਸਰੇ ਸਿੱਖ ਹੋਏ ਨੇ ਅਨੋਖੇ ਅਮਰ ਸ਼ਹੀਦ, ਸ਼ਹੀਦੋਂ ਕੇ ਜਰਨੈਲ ਸ਼ਹੀਦ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ। ਦੋ ਵਾਰੀ ਸ਼ਹੀਦ ਸ਼ਬਦ ਮੈਂ ਵਰਤਿਆ ਕਿਉਂਕਿ ਉਹ ਜਿੰਦਾ ਸ਼ਹੀਦ ਸਨ। ਪੰਥ ਪ੍ਰਕਾਸ਼ ਵਿੱਚ ਬਚ ਆਉਂਦਾ, ਦੀਪ ਸਿੰਘ ਇੱਕ ਸਿੰਘ ਥਾ ਉਨ ਬੰਦੇ ਪਾਸੇ, ਪੰਥ ਤਾਹੇ ਕੋ ਕਹਿਤ ਥਾ ਸ਼ਹੀਦ ਬਿਲਾਸੇ। ਬਾਬਾ ਰਤਨ ਸਿੰਘ ਜੀ ਭੰਗੂ ਜੀ ਸਾਹਿਬ ਜੀ ਨੇ ਬਚਨ ਲਿਖਿਆ, ਉਹਨਾਂ ਨੂੰ ਜਿੰਦਾ ਸ਼ਹੀਦ ਕਿਹਾ ਜਾਂਦਾ ਸੀਗਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ, ਇਸੇ ਕਰਕੇ ਉਹਨਾਂ ਦੀ ਮਿਸਲ ਦਾ ਨਾਂ ਵੀ ਸ਼ਹੀਦਾਂ ਦੀ ਮਿਸਲ ਹੋਇਆ, ਜਿੰਦਾ ਸ਼ਹੀਦ ਬਾਬਾ ਬੰਦਾ ਸਿੰਘ ਜੀ ਸਾਹਿਬ ਉਹਨਾਂ ਨੂੰ ਕਿਹਾ ਕਰਦੇ ਸਨ। ਇਸ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦੋ ਵਾਰੀ ਸ਼ਬਦ ਵਰਤਣਾ ਚਾਹੀਏ ਉਹਨਾਂ ਦੇ ਨਾਮ ਦੇ ਨਾਲ। ਸੋ ਜੇ ਇਸ ਭਾਵਨਾ ਦੇ ਨਾਲ ਸਿੱਖ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਜਾਂਦੇ ਨੇ, ਉਸੇ ਭਾਵਨਾ ਦੇ ਨਾਲ ਨੇ। ਸੋ ਸਿੱਖ ਤੇ ਗੁਰੂ ਤੇ ਪੂਜਿਆ ਜਾਂਦਾ, ਸਿੱਖ ਵੀ ਪੂਜਿਆ ਜਾਂਦਾ, ਸਤਿਗੁਰੂ ਵੀ ਗੁਰਸਿੱਖਾਂ ਦਾ ਆਪ ਸਤਿਕਾਰ ਰੱਖਿਆ ਕਰਦੇ ਸਨ, ਇਹ ਮਹਾਰਾਜ ਦੇ ਘਰ ਦੀ ਵਡਿਆਈ ਹੈ ਭਾਈ। ਸੋ ਰਾਏ ਬਲਾਰ ਜੀ ਸਾਹਿਬ ਉੱਠਣ ਲੱਗੇ ਨੇ, ਉਠਤ ਪਾ ਮੱਚ ਉਪਰ ਤੇ ਟਿਗ ਸ੍ਰੀ ਗੁਰ ਜਾਇ ਕਾ ਕੀਨ ਨਿਵਾਰੇ। ਜਦੋਂ ਉੱਠਣ ਲੱਗੇ ਨਾ ਮੰਚ ਤੋਂ ਪਲੰਘੇ ਤੋਂ, ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਗਏ ਤੇ ਜਾ ਕੇ ਉਹਨਾਂ ਨੂੰ ਬਿਠਾ ਦਿੱਤਾ, ਗੋਡਿਆਂ ਤੋਂ ਫੜ ਕੇ ਮੋਢਿਆਂ ਤੋਂ ਫੜ ਕੇ ਅਦਬ ਦੇ ਨਾਲ ਕੇ, ਬਾਬਾ ਜੀ ਬੈਠੇ ਰਹੋ, ਆਪ ਉੱਠੋ ਨਾ, ਅਸੀਂ ਆ ਜਾਂਦੇ ਤੁਹਾਡੇ ਕੋਲ, ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਹੈ ਮਹਾਰਾਜ। ਬੰਧਨ ਕੀਨ ਅਧੀਨ ਪਯੋ ਮੁਖ ਭਖ ਬਿਨੈ ਨਿਜ ਊਚ ਬਿਠਾਰੇ। ਨਮਸਕਾਰਾਂ ਕੀਤੀਆਂ ਹਨ ਰਾਏ ਬਲਾਰ ਜੀ ਸਾਹਿਬ ਜੀ ਨੇ, ਬਹੁਤ ਨਿਮਰਤਾ ਦੇ ਸਹਿਤ ਬੇਨਤੀਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੱਜੇ ਪਾਸੇ ਔਰ ਉੱਚੀ ਜਗ੍ਹਾ ਤੇ ਬਿਠਾਇਆ। ਤਾ ਤੁਰ ਮਤ ਤੁਮਾਰ ਬਿਰਹ ਤੁਰ ਸਾਗਰ ਮੋਹ ਮੈਂ ਹਵੈ ਮਗਨਾਈ। ਬੇਨਤੀਆਂ ਕਰਨ ਲੱਗੇ ਰਾਏ ਬਲਾਰ ਜੀ,
ਜੀ ਸਾਹਿਬ, ਹੇ ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ, ਤੁਹਾਡੇ ਮਾਤਾ ਪਿਤਾ ਜੀ ਮੋਹ ਦੇ ਸਮੁੰਦਰ ਦੇ ਵਿੱਚ ਵਿਚਾਲੇ ਹਨ ਇਸ ਸਮੇਂ, ਤੇ ਇਹਨਾਂ ਦਾ ਸੋਚੋ ਹੁਣ ਕੀ ਕਰਨਾ। ਕੀਨ ਅਲੰਬ ਤਰੈ ਤਹ ਕਿਉ ਕਰ ਜਾਣਤ ਹੋ ਸਭ ਪੀਰ ਪਰਾਈ। ਕਿ ਤੁਸੀਂ ਪਰਾਈ ਪੀਰ ਨੂੰ ਜਾਣਦੇ ਹੋ, ਇਹਨਾਂ ਦੇ ਅੰਦਰ ਦੇ ਸਿੱਖ ਨੂੰ ਅੰਦਰ ਦੀ ਪੀੜਾ ਨੂੰ ਤੁਸੀਂ ਸਮਝਦੇ ਹੋ, ਹੁਣ ਦੇਖੋ ਕੀ ਕੌਤਕ ਕਰਨਾ ਇਹਨਾਂ ਦੇ ਨਾਲ। ਕਹਿ ਦਿਨ ਗਿਆਨ ਕੇ ਪੋਤੀ ਚੜਾਵ ਹੋ ਮੋਹ ਕਲੋਲ ਤੇ ਪਾਰ ਲੰਘਾਈ। ਔਰ ਕਿਹਾ ਕਿ ਜਾਂ ਤੇ ਗਿਆਨ ਦੇ ਪੋਤ ਉੱਪਰ ਬੇੜੇ ਉੱਪਰ ਚੜਾ ਕੇ ਪਾਰ ਕਰ ਦਿਓ, ਭਾਵ ਬ੍ਰਹਮ ਗਿਆਨ ਬਖਸ਼ ਦਿਓ, ਪਤਾ ਲੱਗ ਜਾਵੇ ਕਿਉਂ ਵਿਛੋੜਾ ਥੀ ਵਈ ਬਲਰਾਮ ਜੀਓ, ਜਾਂ ਤੇ ਉਹ ਪਤਾ ਲੱਗ ਜਾਵੇ ਅਵਸਥਾ ਦਾ, ਤੇ ਜਾਂ ਕੋਈ ਹੋਰ ਕੌਤਕ ਵਰਤਾਓ ਆਪ। ਨਾ ਤੁਰਹੋ ਕਰ ਤੀਰ ਮਿਲੋ ਤੁਮ ਤੀਰਸ। ਮਾਤਾ ਪਿਤਾ ਜੀ ਮੋਹ ਦੇ ਸਮੁੰਦਰ ਦੇ ਵਿੱਚ ਨੇ, ਜਾਂ ਤੇ ਗਿਆਨ ਦਾ ਬੇੜਾ ਦੇ ਕੇ ਪਾਰ ਕਰ ਦਿਓ, ਪਤਾ ਲੱਗ ਜਾਵੇ, ਤੇ ਨਹੀਂ ਤੇ ਫਿਰ ਕੋਲ ਰਹੋ ਇਹਨਾਂ ਦੇ, ਦੋਨਾਂ ਚੋਂ ਇੱਕ ਕੰਮ ਕਰੋ ਆਪ। ਰਾਏ ਜੀ ਕਾਰਜ ਜਾਨ ਕੋ ਜਾਨੋ ਗਿਆਨ ਬਖਾਨਤ ਆਨਤ ਜੋ। ਸਤਿਗੁਰਾਂ ਨੇ ਮੁਸਕਰਾ ਕੇ ਕਿਹਾ, ਰਾਏ ਜੀ, ਬਾਬਾ ਰਾਏ ਬੁਲਾਰ ਜੀ ਸਾਹਿਬ, ਸਾਡਾ ਜਾਣ ਦਾ ਕਾਰਜ ਹੈ, ਜਾਣ ਲਵੋ, ਅਸੀਂ ਰੁਕ ਨਹੀਂ ਸਕਦੇ, ਹੁਣ ਆਗਿਆ ਹੋ ਗਈ ਸਾਨੂੰ, ਹੁਣ ਨਹੀਂ ਰੁਕਣਾ ਅਸੀਂ, ਹੁਣ ਜਹ ਭੇਜਿਆ ਤਹ ਜਾਵਾ, ਜਿੱਥੇ ਉਹ ਭੇਜੇਗਾ ਜਾਣਾ ਹੀ ਪੈਣਾ ਮਹਾਰਾਜ, ਹੁਣ ਨਹੀਂ ਰੁਕ ਸਕਦੇ। ਤੇ ਰਹੀ ਗੱਲ ਗਿਆਨ ਦੀ, ਉਹਦੇ ਬਾਰੇ ਵੀ ਸੁਣ ਲਵੋ ਅਗਲੀ ਤੁਕ ਵਿੱਚ। ਪਾਏ ਸਮਾ ਹੋਏ ਜਾਵੇ ਪ੍ਰਾਪਤ ਪਾਰ ਪਰੈ ਪਵ ਬੰਧਨ ਖੋਈ। ਕਹਿੰਦੇ ਉਹ ਸਮਾਂ ਦੂਰ ਨਹੀਂ ਹੈਗਾ, ਕਹਿੰਦੇ ਹੁਣ ਦੇਰੀ ਨਹੀਂ ਲੱਗਣੀ, ਉਹ ਵੀ ਸਮਾਂ ਆਵੇਗਾ, ਉਹ ਟਾਈਮ ਆਵੇਗਾ ਕਿ ਮੋਹ ਦੀ ਕਨਾਤ, ਮੋਹ ਦਾ ਪੜਦਾ ਵੀ ਚੁੱਕ ਜਾਵੇਗਾ, ਲੇਕਿਨ ਸਮੇਂ ਬਿਨਾਂ ਫਲ ਹੱਥ ਨਾ ਆਈਏ, ਤਾਂ ਬੇੜੀ ਦਾ ਮੇਲ ਹੈ, ਸਮੇਂ ਮੁਤਾਬਕ ਸੰਯੋਗ ਅਤੇ ਵਿਯੋਗ ਹੁੰਦੇ ਹਨ। ਗਿਆਨੀ ਸਮਾਨ ਰਹਿ ਜੁਗ ਤੇ ਜਗ ਸੋਕ ਨਾ ਹਵੈ ਹਰ ਖੰਤ ਨਾ ਕੋਈ। ਆ ਜਿਹੜੇ ਗਿਆਨੀ ਨੇ ਉਹ ਸਮਾਨ ਰਹਿੰਦੇ ਹਨ, ਉਹਨਾਂ ਨੂੰ ਸੋਕ ਨਹੀਂ ਵਿਯੋਗ ਨਹੀਂ, ਉਹ ਸਮਾਨ ਰਹਿੰਦੇ, ਉਹਨਾਂ ਨੂੰ ਕੋਈ ਵਿਛੋੜਾ ਨਹੀਂ, ਕੋਈ ਸੰਯੋਗ ਵੀ ਨਹੀਂ, ਕੋਈ ਵਿਯੋਗ ਵੀ ਨਹੀਂ ਉਹਨਾਂ ਨੂੰ। ਰਾਏ ਪਨੈ ਮੁਖ ਜੋ ਅਰਵਿੰਦਨ ਦੇਸ ਬਣੀ ਮਕਰੰਦ ਤੁਮਾਰੀ। ਉਸ ਵੇਲੇ ਰਾਏ ਬਲਾਰ ਜੀ ਸਾਹਿਬ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਤਾਈ ਗਰੀਬ ਨਿਵਾਜ, ਜਿਵੇਂ ਆਪ ਜੀ ਦੀ ਆਗਿਆ ਹੈ ਤਿਵੇਂ ਆਪ ਜੀ ਕਰੋ, ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੈ। ਮੋਹ ਮਨ ਰੀਤ ਮਿਲੰਦ ਕੀ ਚਾਹਤ ਜੇ ਕਰੁਣਾ ਪ੍ਰਕਾਸ ਤੁਮਾਰੀ। ਤੁਹਾਡਾ ਜਿਹੜਾ ਮੁਖੜਾ ਹੈ ਨਾ, ਉਹ ਕਵਲ ਵਰਗਾ, ਤੇ ਮੇਰਾ ਮਨ ਜਿਹੜਾ ਭੌਰਾ ਬਣਿਆ ਹੋਇਆ, ਤੇ ਹਮੇਸ਼ਾ ਤੁਹਾਡੇ ਚਰਨਾਂ ਦੀ ਸੁਗੰਧ ਪਾਲਦਾ। ਚਾਤਰਕ ਚਿਤ ਸਵਾਤ ਸੀ ਚਾਹਤ ਹੈ ਰਸਨਾ ਕਨ ਸੀ ਬਚ ਬਾਰੀ। ਮਹਾਰਾਜ ਮੇਰਾ ਚਿੱਤ ਚਾਤਰਿਕ ਹੈ, ਤੁਹਾਡਾ ਮੁਖੜਾ ਜਿਹੜਾ ਹੈ ਮੁਖ ਤੋਂ ਨਿਕਲੇ ਹੋਏ ਬਚਨ ਸਵੰਤੀ ਬੂੰਦ ਦੀ ਤਰ੍ਹਾਂ ਹਾਂ। ਗਰੀਬ ਨਿਵਾਜ ਸਤਿਗੁਰੂ, ਮੇਰਾ ਜਿਹੜਾ ਹਿਰਦਾ ਮੋਰ ਦੀ ਤਰ੍ਹਾਂ ਹੈ, ਤੁਹਾਡੇ ਬਚਨ ਜਿਹੜੇ ਨੇ ਉਹ ਬੱਦਲਾਂ ਦੀ ਤਰ੍ਹਾਂ ਹਨ। ਚਾਤਰਿਕ ਮੋਰ ਬੋਲਤ ਦਿਨ ਰਾਤੀ ਸੁਣ ਕਰਨ ਹਰ ਕੀ ਘੋਰ। ਸਤਿਗੁਰਾਂ ਨੇ ਬਾਣੀ ਵਿੱਚ ਇੱਕ ਵਾਰੀ ਆਪਣੀ ਫਰਮਾਇਸ਼ ਦੱਸੋ ਮਹਾਰਾਜ, ਆਪਣੀ ਇੱਛਾ ਦੱਸੋ, ਮੈਂ ਸੇਵਾ ਕਰਕੇ ਆਪਣਾ ਜੀਵਨ ਜਨਮ ਸਮਾਂ ਤੇ ਸਵਾਸ ਸਫਲੇ ਕਰ ਲਵਾਂ। ਮੋਹ ਤੇ ਨਾ ਸੇਵ ਪਈ ਤੁਮਰੀ ਕਛ ਯਾ ਤੇਰੀ ਦਾ ਥਿਰ ਥਾਨ ਹੈ ਪਾਵੈ। ਮੇਰੇ ਗਰੀਬ ਕੋਲੋਂ ਕੋਈ ਸੇਵਾ ਨਹੀਂ ਹੋ ਸਕੀ ਤੁਹਾਡੀ ਸਤਿਗੁਰੂ, ਕੋਈ ਸੇਵਾ ਨਹੀਂ ਸਰੀ ਮੇਰੇ ਕੋਲੋਂ, ਤੇ ਕਿਰਪਾ ਕਰਕੇ ਮੇਰੇ ਗਰੀਬੜੇ ਪਾਸੋਂ ਕੋਈ ਨਾ ਕੋਈ ਸੇਵਾ ਜ਼ਰੂਰ ਲਵੋ ਆਪ, ਤਾਂ ਕਿ ਮੇਰਾ ਜੀਵਨ ਸਫਲ ਹੋਵੇ। ਇਹਾਂ ਰਹੋ ਤਬ ਹੇਰਤ ਹੋ ਪਗ ਸ੍ਰੋਣ ਸੁਣੋ ਬਚ ਹੀ ਉਲਸਾਵੈ। ਇੱਥੇ ਰਹੋ, ਮੈਂ ਤੁਹਾਡੇ ਚਰਨ ਦੇਖਦਾ ਰਹਾਂ, ਤੁਹਾਡੇ ਬਚਨ ਸੁਣਦਾ ਰਹਾਂ, ਮੇਰੇ ਹਿਰਦੇ ਨੂੰ ਹੌਸਲਾ ਪ੍ਰਾਪਤ ਹੋਵੇਗਾ। ਹੇ ਜਗ ਨਾਇਕ ਹੇ ਗਤ ਦਾਇਕ ਹੋ ਸਭ ਲਾਇਕ ਪ੍ਰੋਖ ਰਹਾ ਜਗਤ ਦੇ ਮਾਲਕ ਹੋ। ਜੀ ਹਾਂ ਗਤ ਦਾਇਕ ਹੋ, ਜੀ ਸਭ ਦੇ ਲਾਇਕ ਹੋ, ਸਭ ਦੇ ਯੋਗ ਜੀ ਹਾਂ ਪੁਰਖੋਤਮ ਹੋ, ਪਰਾਰੂਪ ਬ੍ਰਹਮ ਹੋ, ਮੈਨੂੰ ਤੁਹਾਡੇ ਵਿੱਚੋਂ ਖੁਦਾ ਦਿਖਦਾ ਹੈ ਸਤਿਗੁਰੂ। ਸ੍ਰੀ ਗੁਰ ਆਨੰਦ ਬੈਨ ਪਨ ਜਿਵ ਛਾਹੇ ਸਰੀਰ ਤਿਉਂ ਸੰਗ ਹਮਾਰੇ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਬਾਬਾ ਜੀ ਜਿਵੇਂ ਸਰੀਰ ਦੇ ਨਾਲ ਹਮੇਸ਼ਾ ਛਾਇਆ ਰਹਿੰਦੀ ਹੈ ਨਾ, ਕਦੇ ਵਿਛੜਦੀ ਨਹੀਂ, ਕੱਟੀ ਨਹੀਂ ਜਾਂਦੀ, ਵੱਢੀ ਨਹੀਂ ਜਾਂਦੀ, ਹਮੇਸ਼ਾ ਨਾਲ ਰਹਿੰਦੀ ਹੈ। ਹਾਂ ਕਦੇ ਕਦੇ ਦਿਖਦੀ ਨਹੀਂ, ਛਾਂ ਹਮੇਸ਼ਾ ਨਾਲ ਹੁੰਦੀ ਹੈ, ਨਾ ਯਕੀਨ ਆਵੇ
ਤਾਂ ਸੂਰਜ ਦੇ ਸਾਹਮਣੇ ਜਾ ਕੇ ਦੇਖੋ, ਕਦੇ ਦੂਰ ਨਹੀਂ ਹੁੰਦੀ, ਦਿਖਦੀ ਨਹੀਂ, ਗੱਲ ਵੱਖਰੀ, ਹਰ ਵੇਲੇ ਨਹੀਂ ਦਿਖਦੀ, ਲੇਕਿਨ ਹਰ ਵੇਲੇ ਗੁਪਤ ਵੀ ਨਹੀਂ ਰਹਿੰਦੀ। ਕਿਆ ਸਾਡਾ ਤੇ ਸਾਡਾ ਜੋ ਸਾਥ ਹੈ ਉਹ ਸਰੀਰ ਅਤੇ ਛਾਇਆ ਵਾਲਾ ਹੈ। ਸਾਧ ਸੰਗਤ ਜੀ, ਸਤਿਗੁਰਾਂ ਦੀ ਬਾਣੀ ਵਿੱਚ ਇੱਕ ਤੁੱਕ ਆਉਂਦੀ ਜੀ ਬੜੀ ਪਿਆਰੀ, ਮੈਂ ਜੁਗ ਜੁਗ ਦਈਆ ਸੇਵੜੀ ਗੁਰ ਕੱਟੀ ਮਿਹੜੀ ਜੇਵੜੀ, ਜੁਗਾਂ ਜੁਗਾਂ ਤੱਕ ਗੁਰੂ ਦੀ ਸੇਵਾ। ਬਚਨ ਚੇਤੇ ਆ ਗਿਆ ਸ੍ਰੀ ਦਮਦਮੇ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਕਰਨੀ ਵਾਲੇ ਤਤ ਬੇਤਾ ਪ੍ਰਾਪਤ ਹੋਈ। ਸਾਲ ਵਿੱਚ ਇੱਕ ਮਹੀਨਾ ਭਰ ਆਪ ਆਣ ਕੇ ਇੱਥੇ ਸੇਵਾ ਕਰਿਆ ਕਰਦੇ ਸਨ, ਤੇ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਪਤਾ ਇੱਕ ਦਿਨ ਵਿੱਚ ਕਈ ਕਈ ਸਮਾਗਮ ਕਰਿਆ ਕਰਦੇ, ਲੇਕਿਨ ਇੱਥੇ ਇੱਕ ਮਹੀਨਾ ਭਰ ਆਪ ਜੀ ਰਿਹਾ ਕਰਦੇ ਸਨ। ਇੱਕ ਵਾਰੀ ਉਹਨਾਂ ਨੂੰ ਕਿਸੇ ਬਜ਼ੁਰਗ ਨੇ ਪੁੱਛਿਆ, ਮਹਾਰਾਜ ਪੰਜਾਬ ਦੇ ਵਿੱਚ ਇੰਨੇ ਕਾਹਲੇ ਪੈਂਦੇ ਹੋ, ਬਹਿੰਦੇ ਨਹੀਂ, ਟਿਕਦੇ ਨਹੀਂ, ਸੌਂਦੇ ਨਹੀਂ, ਤੇ ਇੱਕ ਮਹੀਨਾ ਇੱਥੇ ਕਿਉਂ ਰਹਿੰਦੇ ਜਦੋਂ ਕਿ ਬਹੁਤੀ ਗਿਣਤੀ ਵਿੱਚ ਸੰਗਤ ਵੀ ਨਹੀਂ, ਕਿਆ ਕਾਰਨ ਹੈ? ਤੇ ਮੁਸਕਰਾ ਕੇ ਕਹਿੰਦੇ, ਮੈਂ ਇੱਕ ਮਹੀਨਾ ਇੱਥੇ ਬੈਟਰੀ ਚਾਰਜ ਕਰਦਾ ਤੇ ਫਿਰ ਸਾਰਾ ਸਾਲ ਕਹਿੰਦੇ ਮੈਂ ਵਰਤਦਾ ਉਹਨੂੰ। ਕਹਿੰਦੇ ਇਸ ਸਥਾਨ ਤੇ ਬਹੁਤ ਸ਼ਰਧਾ ਸੀ, ਇੱਕ ਵਾਰੀ ਕੀ ਹੋਇਆ, ਸਾਡੇ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸ੍ਰੀ ਮਾਨ ਸਿੰਘ ਸਾਹਿਬ, ਭਾਈ ਮਾਨ ਸਿੰਘ ਸਾਹਿਬ ਜੀ ਬਹੁਤ ਬਹੁਤ ਰੁੱਖੇ ਦੇ ਸੁਭਾਅ ਦੇ, ਕੋਈ ਭਗਤੀ ਬੰਦਗੀ ਬਹੁਤੀ ਨਹੀਂ ਸੀ। ਸੋ ਭਾਈ ਮਾਨ ਸਿੰਘ ਸਾਹਿਬ ਜੀ, ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਨਾ, ਸੋ ਸਿੱਖ ਘਰਾਣੇ ਵਿੱਚ ਆਪ ਜੀ ਦਾ ਜਨਮ ਆਗਮਨ ਨਹੀਂ ਹੋਇਆ, ਪਰ ਸਤਿਗੁਰਾਂ ਨਾਲ ਇੰਨਾ ਭਾਰੀ ਲਗਾਵ ਕਿ ਵੱਡੇ ਉਹਨਾਂ ਦੀ ਸ਼ਰਧਾ ਵੇਖ ਕੇ ਝੁੱਕ ਜਾਂਦੇ ਸਨ। ਸੋ ਇਸ ਕਰਕੇ ਆਪ ਜੀ ਕਥਾ ਦੀ ਪੋਥੀ ਪੜ੍ਹਿਆ ਕਰਦੇ, ਤੇ ਪੋਥੀ ਪੜ੍ਹਦਿਆਂ ਕੋਈ ਤੁੱਕ ਉੱਪਰ ਥੱਲੇ ਹੋ ਗਈ ਹੋਵੇਗੀ, ਹੋ ਜਾਂਦੀ ਸੁਭਾਵਕ, ਬਹੁਤ ਔਖੀਆਂ ਔਖੀਆਂ ਇਹਦੇ 'ਚ ਤੁੱਕਾਂ, ਔਖੇ ਔਖੇ ਛੰਦ ਚਾਲਾਂ ਲਿਖੀਆਂ ਹੋਈਆਂ ਨੇ, ਤੇ ਉਹ ਕਥਾਕਾਰ ਗੁਰਮੁਖਾਂ ਨੇ ਉਹਨਾਂ ਨੂੰ ਜੀ ਡਾਂਟਤਾ, ਬਹੁਤ ਭੈੜੇ ਤਰੀਕੇ ਨਾਲ ਡਾਂਟਿਆ ਜੀ, ਬਹੁਤ ਭੈੜੇ ਤਰੀਕੇ ਨਾਲ। ਜਦੋਂ ਡਾਂਟਿਆ ਤੇ ਬਾਬਾ ਕਰਤਾਰ ਸਿੰਘ ਸਾਹਿਬ ਜੀ ਵੀਰ ਰਸ ਵਿੱਚ ਆਏ, ਬਹੁਤ ਰੋਸ ਵਿੱਚ ਆਏ ਜੀ, ਬਹੁਤ ਰੋਸ ਵਿੱਚ, ਤੇ ਨੰਗਾ ਤੀਰ ਹੱਥ ਵਿੱਚ ਰੱਖਿਆ ਕਰਦੇ, ਤੀਰ ਖੜਾ ਕਰਕੇ ਕਹਿਣ ਲੱਗੇ, ਕਹਿੰਦੇ ਭਲਿਆ ਤੈਨੂੰ ਕੀ ਪਤਾ, ਕਹਿੰਦੇ ਕਹਿੰਦੇ ਤੀਸਰਾ ਜਨਮ ਹੈਗਾ ਭਾਈ ਮਾਨ ਸਿੰਘ ਸਾਹਿਬ ਜੀ ਦਾ, 10ਵੇਂ ਪਾਤਸ਼ਾਹ ਕਰਾਂ, ਕਹਿੰਦੇ ਤੀਸਰਾ ਜਨਮ, ਤੂੰ ਕਿਹੜੀਆਂ ਗੱਲਾਂ ਕਰਦਾ, ਕਹਿੰਦੇ ਜੇ ਚਾਰ ਅੱਖਰ ਪੜ੍ਹ ਲਏ ਤਾਂ ਤੂੰ ਆਪਣੇ ਆਪ ਨੂੰ ਕਹਿੰਦੇ ਰੱਬ ਸਮਝਦਾ, ਕਹਿੰਦੇ ਤੈਨੂੰ ਕੀ ਪਤਾ ਹੈਗਾ। ਸੋ ਗੁਰੂ ਕੇ ਸਿੱਖ ਮੁੱਕੇ, ਇਹ ਧਰਮ ਦੀ ਦੁਨੀਆਂ ਦਾ ਸਿਖਰ ਸਿਖਰ ਹੈ, ਸਿਖਰ ਸਿਰਾ ਹੈਗਾ ਜੀ, ਜਿੱਥੇ ਮੁਕਤ ਬਪੜੀ ਭੀ ਗਿਆਨੀ ਤਿਆਗੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ, ਮੁਕਤੀ ਵੀ ਨਹੀਂ ਚਾਹੁੰਦੇ, ਕਹਿੰਦੇ ਮੁਕਤੀ ਹੋ ਗਈ ਤੇ ਗੱਲ ਖਤਮ ਹੋ ਗਈ, ਕਹਿੰਦੇ ਮੁਕਤ ਹੋ ਕੇ ਕੀ ਲੈਣਾ, ਸਤਿਗੁਰੂ ਜਨਮ ਦੇ ਤੇਰੇ ਪੰਥ ਦੀ ਸੇਵਾ ਕਰੀਏ, ਤੇ ਘਰ ਦੇ ਝਾੜੂ ਬਰਦਾਰ ਬਣੀਏ, ਤੇਰੇ ਘਰ ਦੀ ਸੇਵਾ ਕਰੀਏ, ਇਹ ਧਰਮ ਦੀ ਦੁਨੀਆਂ ਦਾ ਮੁਹੱਬਤ ਦਾ ਇੰਤਹਾ ਹੈ, ਇਸ ਤੋਂ ਉੱਤੇ ਕੋਈ ਪਿਆਰ ਨਹੀਂ ਹੋ ਸਕਦਾ ਕਿ ਹਰ ਜਨਮ ਦੇ ਵਿੱਚ ਆਪਣੇ ਪ੍ਰੀਤਮ ਦੇ ਨਾਲ ਰਹਿਣਾ, ਹਰ ਜਨਮ ਦੇ ਵਿੱਚ ਆਪਣੇ ਪਿਆਰੇ ਦੇ ਨਾਲ ਰਹਿਣਾ। ਇਹ ਤੇ 3 ਜਨਮਾਂ ਦੀ ਗੱਲ, ਸੱਚੀ ਘਟਨਾ ਆਪ ਜੀ ਨੂੰ ਸੁਣਾਈ, ਬਾਣੀ ਕਹਿੰਦੀ ਮੈਂ ਜੁਗ ਜੁਗ ਦਈਐ ਸੇਵੜੀ। ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਲਿਖਿਆ, ਜਹਿ ਜਹਿ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ, ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਰਾਵ ਗਾਵੈ ਰਵਿਦਾਸ। ਕਹਿੰਦੇ ਜਿੱਥੇ ਵੀ ਜਾਵਾਂ ਮੈਂ, ਕਹਿੰਦਾ ਤੇਰੀ ਸੇਵਾ ਕਰਾਂ, ਤੇਰੇ ਚਰਨਾਂ ਵਿੱਚ ਰਹਾਂ, ਇਹ ਗੁਰਮੁਖਾਂ ਦੀ ਪ੍ਰੀਤੀ ਹੈ। ਔਰ ਸਤਿਗੁਰੂ ਆਪਣੇ ਸਿੱਖਾਂ ਨੂੰ ਜਨਮਾਂ ਜਨਮਾਂ ਤੱਕ ਨਾਲ ਰੱਖਦੇ। ਆ ਜਿਹੜੇ ਗੁਰੂ ਕੇ ਸਿੰਘ ਬਾਣਿਆਂ ਵਾਲੇ ਤੁਰੇ ਫਿਰਦੇ, ਭਜਨ ਕਰਦੇ, ਬੰਦਗੀ ਕਰਦੇ, ਐਵੇਂ ਨਾ ਸਮਝਿਓ, ਪਤਾ ਨਹੀਂ ਕਿੰਨੀਆਂ ਕਿੰਨੀਆਂ ਕਮਾਈਆਂ ਵਾਲੇ, ਅਸੀਂ ਇਹਨਾਂ ਨੂੰ ਇਸ ਤਰ੍ਹਾਂ ਹੀ ਸਮਝਦੇ ਕਿ ਉਹ ਨਿਹੰਗੀ ਤੁਰੇ ਫਿਰਦੇ ਕਹਿੰਦੇ, ਪਰ ਇਹਨਾਂ ਦੀਆਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਕਮਾਈਆਂ, ਕਿੰਨੇ ਕਿੰਨੇ ਜਨਮਾਂ ਦੀਆਂ ਕਮਾਈਆਂ। ਮਹਾਰਾਜ ਗੁਰੂ ਗਲਗੀਧਰ ਪਾਤਸ਼ਾਹ ਦੇ ਹਜ਼ੂਰੀ ਗਰੀਬ ਨਿਵਾਜ ਮਹਾਰਾਜ ਇਹਨਾਂ ਨੂੰ ਆਪਣੇ ਨਾਲ ਹੀ ਰੱਖ। ਸ੍ਰੀ ਗੁਰ ਆਨੰਦ ਬੈਨ ਭਨੈ ਜਿਵ ਸ਼ਾਹੇ ਸਰੀਰ ਤਿਉਂ ਸੰਗ, ਹਮਾਰੇ ਰਾਏ ਬੁਲਾਰ ਸਾਹਿਬ, ਜਿਵੇਂ ਸਰੀਰ ਦੇ ਨਾਲ ਛਾਇਆ ਰਹਿੰਦੀ ਹੈ ਨਾ, ਤੂੰ ਸਾਡੇ ਨਾਲ ਇਵੇਂ ਰਹੇਗਾ, ਤੂੰ ਫਿਕਰ ਨਾ ਕਰ, ਤੈਨੂੰ ਦੂਰ ਨਹੀਂ ਕਰਦੇ ਆਪਣੇ ਆਪ ਤੋਂ। ਨੀਤ ਰਹੋ ਥਿਰ ਜੀਤ ਕਰੋ ਔਰ ਪ੍ਰੀਤ ਭਰਾ ਸਰਦਾਸ ਤੁਮਾਰੇ, ਨਿਤ ਨਾਲ ਰਹੇਗਾ, ਹਾਂ ਸਥਿਤ ਹੋ ਕੇ ਰਹਿ, ਡੋਲ ਨਾ, ਤੇਰਾ ਹਿਰਦਾ ਪ੍ਰੇਮ ਦੇ ਨਾਲ ਸ਼ਰਧਾ ਨਾਲ ਭਰਿਆ ਹੋਇਆ। ਏਕਸ ਪੈ ਫਰਮਾਇਸ ਆਇਸ
ਜਾ ਸਮ ਕੋਇ ਨ ਆਨ ਉਧਾਰੇ। ਰਹੀ ਗੱਲ ਫਰਮਾਇਸ਼ ਦੀ, ਸਾਡੀ ਫਰਮਾਇਸ਼ ਵਾਹਿਗੁਰੂ ਤੇ ਹੈ, ਸਾਡੀ ਆਗਿਆ ਅਸੀਂ ਪਰਮਾਤਮਾ ਦੀ ਮੰਨਦੇ ਹਾਂ, ਉਹਦਾ ਸਾਨੂੰ ਆਸਰਾ, ਉਹਦੇ ਤੋਂ ਬਿਨਾਂ ਕਿਸੇ ਹੋਰ ਤੇ ਝਾਕ ਨਹੀਂ ਰੱਖਦੇ ਅਸੀਂ। ਹੱਥ ਨ ਮੈਂ ਏਠਾ ਰਹਿਣੋ ਕਰਤਾਰ ਅਧੀਨ ਲਖੋ ਬਿਦ ਸਾਰੇ। ਗੱਲ ਇੱਥੇ ਰਹਿਣ ਦੀ, ਮਹਾਰਾਜ ਕਹਿੰਦੇ ਇੱਥੇ ਰਹਿਣਾ ਸਾਡੇ ਹੱਥ ਵਿੱਚ ਨਹੀਂ, ਇਹ ਤਾਂ ਕਰਤਾਰ ਦੇ ਸਭ ਆਨੰਦ ਵਿੱਚ ਹੋ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਕਰਨ ਲੱਗੇ ਹਨ। ਛੂਟ ਗਏ ਪਵ ਬੰਧਨ ਜਾਸ ਕੇ ਮਤ ਭਇਓ ਮਕਰਾਂਦ ਬਿਲੰਦੂ। ਇਹਦੇ ਬੰਧਨ ਛੁੱਟ ਗਏ, ਬ੍ਰਹਮ ਗਿਆਨ ਦੀ ਮੁਕਤੀ ਦੀ ਦਾਤ ਪ੍ਰਾਪਤ ਹੋਏ, ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਬਣ ਗਿਆ, ਰਾਏ ਬੁਲਾਰ ਕਦੇ ਵਿਛੜਿਆ ਨਾ। ਰਸ ਤੂੰ ਸਨ ਹੋਏ ਰਹੋ ਨਿਜ ਰੂਪ ਜੋ ਆਦ ਹਿਰਦੈ ਸੁਧ ਬਿੰਦੂ। ਨਿਜ ਸਰੂਪ ਨੂੰ ਜਾਣਿਆ, ਆਨੰਦ ਵਿੱਚ ਹੋ ਗਿਆ, ਨਿਮਗਨ ਹੋ ਗਿਆ, ਟਿਕਾਏ ਵਿੱਚ ਆ ਗਿਆ ਹੈ। ਪ੍ਰਾਪਤ ਪੂਰਨ ਤਾਂ ਸੁਖ ਕੋ ਕਮਲਾਨਨ ਹੇਰ ਗੁਰੂ ਜੋ ਗੋਬਿੰਦੂ। ਉਸ ਪੂਰਨ ਆਨੰਦ ਨੂੰ ਪ੍ਰਾਪਤ ਹੋਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖੜੇ ਨੂੰ ਦੇਖ ਕੇ ਕਰਣਾ ਬੋ ਕੀ ਨਿਹਾਲ ਕਰਿਓ ਜੇ ਕੇ ਸਮ ਈਠ ਨ ਹੈ ਬਿਬ ਕੋਈ। ਉਠ ਸ੍ਰੀ ਗੁਰ ਆਏ ਗਏ ਕਰ ਜਾ ਮਨ ਹੋਈ। ਮਹਾਰਾਜ ਉਥੋਂ ਵਿਦਾ ਹੋ ਕੇ ਉੱਠ ਗਏ, ਰਾਤ ਪੈਰ ਜਦੋਂ ਬਤੀਤ ਹੋਈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਘਰੇ ਆਏ ਹਨ। ਵਿਛਰਿਓ ਨਾ ਚਹੈ ਕਛ ਹਾਥ ਨਹੀਂ ਨਿਜ ਜਾ ਬਿਦ ਸਿਉ ਟਿਕ ਰੂਪ ਅਲੋਈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਵਿਛੜਿਆ ਨਹੀਂ ਚਾਹੁੰਦਾ, ਲੇਕਿਨ ਹੱਥ ਵਿੱਚ ਕੁਛ ਨਹੀਂ, ਇਸ ਤਰ੍ਹਾਂ ਦੇ ਵਲਵਲੇ ਬਣੇ ਹੋਏ, ਇਹ ਅਵਸਥਾ ਬਣੀ ਹੋਈ ਹੈ। ਕਰ ਧਿਆਨ ਲਇਓ ਉਰਤਾ ਛਿਨ ਮੈਂ ਸੁੱਟ ਧਰੁਵ ਕੀਓ ਨਿਸਬਾ ਸੁਰ ਸੋਈ। ਇਹਨੇ ਫਿਰ ਧਿਆਨ ਧਾਰਨ ਕਰਕੇ ਜਾਣ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਿਜ ਸਰੂਪ, ਦਿਨ ਰਾਤ ਉਸੇ ਧਿਆਨ ਵਿੱਚ ਨਿਮਗਨ ਰਹਿੰਦਾ ਹੈ। ਦੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬਹੁ ਭਾਂਤ। ਬਾਬਾ ਕਾਲੂ ਜੀ, ਬਾਬਾ ਲਾਲੂ ਜੀ, ਸਤਿਗੁਰਾਂ ਦੇ ਪਿਤਾ ਤਥਾ ਚਾਚਾ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਹੁਤ ਸਮਝਾਇਆ, ਬੇਨਤੀਆਂ ਕੀਤੀਆਂ ਹਨ। ਸ੍ਰੀ ਨਾਨਕ ਪੂਰਨ ਪੁਰਖ ਪਰਮੇਸ਼ਰ ਬਖਿਆਤ। ਉਹਨਾਂ ਨੂੰ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਰ ਹਨ, ਪੂਰਨ ਪੁਰਖ ਹਨ, ਜੀ ਪ੍ਰਗਟ ਹਨ, ਜਗ ਜਾਹਰ ਹਨ। ਉਨ ਵੱਡੇ ਪੂਰਵ ਜਨਮ ਕੀਨੇ ਤੁਮਨੇ ਕੋਏ। ਕੇ ਕੋਈ ਬਹੁਤ ਵੱਡੇ ਕੋਈ ਪੁੰਨ ਕੀਤੇ ਹੋਏ, ਬਹੁਤ ਵੱਡੀ ਕੋਈ ਤਪਸਾ ਹੈਗੀ, ਕਈ ਯੁੱਗਾਂ ਦੀ ਤਪਸਾ ਹੈਗੀ ਤੁਹਾਡੀ, ਉਹ ਪੁੰਨ ਤੁਹਾਡੇ ਪ੍ਰਗਟ ਹੋਏ ਹਨ। ਜਿਸ ਫਲ ਤੇ ਅਸ ਸੁਤ ਪਇਓ ਸਹਿਜੇ ਸੁਭਗਤ ਹੋਏ। ਜਿਨ੍ਹਾਂ ਕਰਮਾਂ ਕਰਕੇ ਐਸਾ ਪੁੱਤਰ ਤੁਹਾਡੇ ਘਰੇ ਜਨਮ ਹੋਇਆ, ਜੀ ਹਾਂ, ਸੁਤ ਹੀ ਤੁਹਾਡੀ ਗਤੀ ਹੋ ਜਾਵੇਗੀ। ਸਹਸਾ ਮੂਲੇ ਨਾਹੇ ਸਰਪਰਤਾਰ ਸੀ। ਧਨ ਧਨ ਪੁਨ ਧਨ ਤੁਮ ਕੁਲ ਉਦਾਰ ਸਭ ਕੀ। ਧਨ ਹੋ, ਜੀ ਹਾਂ, ਧਨ ਹੋ, ਵਾਰ ਵਾਰ ਧਨ ਹੋ, ਕੁੱਲਾਂ ਨੂੰ ਉਧਾਰਨ ਵਾਲੇ ਹੋ ਆਪ। ਦੈਨ ਪਰਮ ਹੋ ਤਨਕ ਭਰ ਭੇ ਜਗ ਬੰਧਨ ਹੀਨ। ਬਲਾਰ ਜੀ ਸਾਹਿਬ ਕਹਿੰਦੇ, ਜੀ ਹਾਂ ਭਾਈ, ਹਿਰਦੇ ਵਿੱਚ ਭਰਮ ਨਾ ਕਰੋ, ਸਤਿਗੁਰਾਂ ਦੀ ਆਗਿਆ ਦਾ ਪਾਲਣ ਕਰੋ, ਸਮਾਂ ਹੈ, ਸੰਭਾਲ ਲਵੋ ਸਮੇਂ ਨੂੰ। ਸੋਰਠਾ ਚਿਤ ਕੀ ਚਿੰਤ ਬਿਦਾਰ ਕਰੋ ਕਾਜ ਨਿਜ ਸਦਨ ਕੋ। ਕੇ ਚਿੰਤਾ ਦੂਰ ਕਰੋ, ਨਿਸ਼ਚਿੰਤ ਹੋ ਕੇ ਆਪਣੇ ਘਰ ਦੇ ਕੰਮ ਕਾਰ ਕਰੋ, ਸੰਸਾਰੀਆਂ ਜ਼ਿੰਮੇਵਾਰੀਆਂ ਨਿਭਾਓ ਆਪ। ਲਖ ਹੋ ਸਤ ਅਵਤਾਰ ਤੇ ਰਾਖਨ ਕੇ ਕਰ ਨਹੀਂ। ਔਰ ਕਿਹਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਦਾ ਅਵਤਾਰ ਨੇ, ਉਹਨਾਂ ਨੂੰ ਇੱਥੇ ਰੱਖਣਾ, ਬੰਨ ਕੇ ਰੱਖਣਾ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਸਵਈਆ ਧੀਰ ਤੁਰੀ ਸੁਣ ਆਏ ਗਏ ਘਰ ਭੋਜਨ ਕੇ ਹਿਤ ਮਾਤ ਬੁਲਾਵੇ। ਧੀਰਜ ਹੋਈ, ਘਰੇ ਆ ਗਏ, ਸ਼ਾਮ ਦਾ ਸਮਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭੋਜਨ ਵਾਸਤੇ ਮਾਤਾ ਜੀ ਨੇ ਬੁਲਾਇਆ ਕਿ ਨਾਨਕ ਅੱਜ ਅਖੀਰੀ ਰਾਤ ਹੈ, ਪੁੱਤਰ ਮੇਰੇ ਘਰੇ ਮੇਰੇ ਹੱਥ ਦੀ ਬਣੀ ਰੋਟੀ ਖਾ ਲਾ, ਮੈਨੂੰ ਚੈਨ ਪ੍ਰਾਪਤ ਹੋਵੇਗੀ। ਆਵੋ ਤਾਤ ਉੱਚੋ ਉੱਠ ਕੇ ਗਵਨੈ ਟਿਗ ਮਾਤ ਆਹਾਰ ਕੋ ਖਾਵੇ। ਇੱਕ ਵਾਰੀ ਆ ਜਾ ਬਸ, ਪ੍ਰੇਮ ਸਹਿਤ ਆਣ ਕੇ ਮੇਰੇ ਹੱਥਾਂ ਦਾ ਬਣਿਆ ਹੋਇਆ ਪ੍ਰਸ਼ਾਦਾ ਛਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤਿਆਰ ਹੋਏ। ਫੇਰਤ ਹੈ ਕਮਲਾਨਨ ਕੋ ਸੁਖ ਪਾਏ ਹਿਰਦੈ ਜਨਨੀ ਬਲ ਜਾਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਪਲੰਗ ਤੇ ਬੈਠੇ, ਸਾਹਮਣੇ ਮਾਤਾ ਜੀ ਚੌਂਕੇ ਚੁੱਲ੍ਹੇ ਵਿੱਚ ਕੰਮ ਕਰਦੇ, ਵਾਰ ਵਾਰ ਪਿੱਛੇ ਨਜ਼ਰ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲ ਝਾਕਦੇ, ਸੋਹਣਾ ਮੁਖੜਾ ਆਪਣੇ ਪੁੱਤਰ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦੇਖ ਕੇ ਬਲਿਹਾਰ ਜਾਂਦੇ, ਜੀ ਹਾਂ, ਸਦਕੇ ਜਾਂਦੇ, ਕੁਰਬਾਨ ਜਾਂਦੇ ਹਨ, ਆਪਣਾ ਆਪਾ ਵਾਰਦੇ ਹਨ। ਤਾਤ ਨਾ ਜੋਰ ਹਮਾਰ ਚਲੇ ਕੁਛ ਆਪ ਕਰੋ ਬਿਦ ਜਿਉ ਮਨ ਭਾਵੇ। ਵਿੱਚ ਮਾਤਾ ਜੀ ਨੇ ਕਹਿ ਹੀ ਦਿੱਤਾ, ਕਹਿੰਦੀ ਹੇ ਪੁੱਤਰ ਨਾਨਕ, ਸਾਡਾ ਤੇਰੇ ਅੱਗੇ ਕੋਈ ਜ਼ੋਰ ਨਹੀਂ ਹੈ, ਜੀ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਤੂੰ ਤਿਵੇਂ ਕਰ, ਤੂੰ ਮਨ ਮਰਜ਼ੀ ਦਾ ਮਾਲਕ ਹੈ,
ਤੂੰ ਆਪਣਿਆਂ ਚਿਤਵਾ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਦੋਹਰਾ ਕਿਰਪਾ ਦ੍ਰਿਸ਼ਟ ਕਰ ਬਚਨ ਸੁਭ ਕਹਿ ਕਹਿ ਅਨ ਅਗਿਆਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ, ਮਾਤਾ ਜੀ ਦੇ ਹਿਰਦੇ ਦਾ ਅਗਿਆਨ ਦੂਰ ਕੀਤਾ ਹੈ। ਦ੍ਰਿੜ ਬੰਧਨ ਜਗ ਮਿਟ ਗਏ ਪਈ ਯੋਗ ਨਿਰਵਾਣ। ਉਸ ਵੇਲੇ ਮਾਤਾ ਜੀ ਨਿਰਵਾਣ ਦੇ ਯੋਗ ਹੋਏ, ਮੁਕਤੀ ਦੇ ਅਧਿਕਾਰੀ ਬਣੇ ਹਨ, ਦ੍ਰਿੜ ਬੰਧਨ ਜਿਹੜੇ ਛੁੱਟ ਗਏ ਹਨ, ਮੁਕਤ ਹੋ ਗਏ। ਸਵਈਆ ਮਾਤ ਕੋ ਦੇ ਸੰਤੋਖ ਉਠੇ ਪੁਣ ਤਾਤ ਆਯੋ ਕਹਿ ਕਹਿ ਸਮਝਾਵੇ। ਮਾਤਾ ਜੀ ਨੂੰ ਸੰਤੋਖ ਦੇ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਠੇ ਹਨ, ਫਿਰ ਪਿਤਾ ਜੀ ਇਸ ਤਰ੍ਹਾਂ ਸਮਝਾਉਂਦੇ ਹਨ। ਜਾਣੋ ਜਿਉ ਕਰੀਏ ਨਿਜ ਕਾਰਜ ਮੋਹ ਕਹਿਨੋ ਕਬ ਲੋਭਨ ਆਵੇ। ਪਿਤਾ ਜੀ ਕਹਿਣ ਲੱਗੇ, ਬਾਬਾ ਕਾਲੂ ਜੀ, ਹੇ ਨਾਨਕ ਪੁੱਤਰ, ਤੂੰ ਜਿਵੇਂ ਚੰਗਾ ਲੱਗਦਾ ਤਿਵੇਂ ਕਰ, ਮੇਰਾ ਕਿੱਥੋਂ ਕੁ ਤੱਕ ਕਹਿਣਾ ਤੈਨੂੰ ਬਣ ਆਉਂਦਾ, ਕਿਵੇਂ ਤੈਨੂੰ ਸਮਝਾਵਾਂ, ਨਹੀਂ ਸਮਝਾ ਸਕਦੇ, ਤੂੰ ਪਰੇ ਦੀ ਖੇਡ ਹੈ ਸਾਡੇ ਤੋਂ। ਏਕ ਤੂੰ ਤਾਤ ਹੁਤੋ ਹਮਰੇ ਕਰ ਛੋਰ ਚਲੇ ਇਹ ਕਿਉਂ ਮਨ ਭਾਵੈ। ਦੇਖ ਇੱਕੋ ਇੱਕ ਤੂੰ ਸਾਡਾ ਪੁੱਤਰ ਹੈ, ਪੁੱਤਰ ਜਦੋਂ ਬਚਪਨ ਹੁੰਦਾ ਤੇ ਮਾਂ ਪਿਓ ਬੱਚਿਆਂ ਦਾ ਆਸਰਾ ਹੁੰਦੇ, ਮਾਂ ਪਿਓ ਤੋਂ ਬਿਨਾਂ ਬੱਚੇ ਨਹੀਂ ਕੁਛ ਕਿਸੇ ਜੋਗੇ ਹੁੰਦੇ। ਹੁਣ ਸਾਡੀ ਉਮਰ ਹੈ, ਹੁਣ ਇਹ ਚਾਹੀਦਾ ਤੇ ਇਹ ਸੀਗਾ ਕਿ ਤੂੰ ਸਾਡਾ ਆਸਰਾ ਬਣਦਾ, ਅਸੀਂ ਤੇਰੇ ਆਸਰੇ ਹਾਂ, ਪਰ ਨਹੀਂ, ਜੋ ਮਾਲਕ ਦੀ ਰਜਾ ਹੈ ਉਹ ਹੀ ਹੋਣਾ ਹੈ। ਅਰ ਕਹਿ ਵੋ ਪਾਤਨ ਕੇ ਬਚ ਧਾਮ ਹਿਰਦੈ ਹਿਰਦੈ ਬਿਰਮਾਵੈ। ਕਹਿੰਦੇ ਵਾਰ ਵਾਰ ਇਸ ਤਰ੍ਹਾਂ ਦੇ ਪ੍ਰੇਮ ਭਰੇ ਬਚਨ ਕਰਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਘਰੇ ਰਹਿਣ, ਸਤਿਗੁਰਾਂ ਨੂੰ ਇਮੋਸ਼ਨਲ ਕਰਦੇ, ਭਾਵਕ ਕਰਦੇ ਹਨ। ਪਰ ਸਾਧ ਸੰਗਤ ਜੀ, ਇਹ ਨਿਰੰਕਾਰੀ ਖੇਡਾਂ ਹਨ, ਇਹ ਬਚਨ ਬਿਲਾਸ ਦੇ ਆਸਰੇ ਕਿੱਥੇ ਪਲਟਦੀਆਂ ਹਨ, ਨਹੀਂ ਪਲਟਦੀਆਂ। ਦੇਖ ਦਿਆ ਦ੍ਰਿਸ਼ਟੀ ਪਿਤ ਕੀ ਦਿਸ ਮੋਹਨ ਉਪਮਾ ਭਲ ਆਈ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿਤਾ ਜੀ ਵੱਲ ਦਇਆ ਦ੍ਰਿਸ਼ਟੀ ਨਾਲ ਦੇਖਿਆ ਤੇ ਉਹਨਾਂ ਦਾ ਮੋਹ ਦੂਰ ਕੀਤਾ। ਕਿਵੇਂ ਮੋਹ ਦੂਰ ਕੀਤਾ? ਬੜੀ ਪਿਆਰੀ ਉਦਾਹਰਨ ਹੈ, ਪਿਆਰ ਨਾਲ ਸਰਵਣ ਕਰੋ। ਜਿਉਂ ਬਹਿਰੀ ਖਗ ਕੋ ਚਪਟਾਤ ਦਬਾਏ ਕਹਿ ਦੇਤ ਨਹੀਂ ਉਕਸਾਈ। ਬਹਿਰੀ ਇੱਕ ਪੰਛੀ ਹੁੰਦਾ ਜੀ, ਸ਼ਿਕਾਰੀ ਪੰਛੀ, ਬਾਜ ਦੀ ਇੱਕ ਕਿਸਮ ਹੈ। ਉਹ ਜਦੋਂ ਪੰਛੀ ਨੂੰ ਫੜ ਲੈਂਦਾ ਨਾ, ਉੱਪਰ ਉੱਡਦੇ ਨੂੰ ਫੜ ਲੈਂਦਾ, ਉਹਦੇ ਫਿਰ ਖੰਭ ਹੀ ਥੱਲੇ ਆਉਂਦੇ ਜੀ, ਹੋਰ ਕੁਛ ਨਹੀਂ ਥੱਲੇ ਆਉਂਦਾ, ਹੱਡੀਆਂ ਹੀ ਥੱਲੇ ਆਉਂਦੀਆਂ। ਉੱਪਰੋਂ ਉੱਪਰੀ ਨੋਚ ਲੈਂਦਾ, ਕਿਸੇ ਦੀ ਕੀ ਹਿੰਮਤ ਹੈ, ਕਿਸੇ ਬਟੇਰੇ ਦੀ, ਕਿਸੇ ਤਿੱਤਰ ਦੀ, ਕਿ ਛੁੱਟ ਜਾਵੇ। ਬਸ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੋਹ ਜਿਹੜਾ ਉਹਦਾ ਨਾਸ਼ ਕਰਕੇ ਰੱਖ ਦਿੱਤਾ। ਸਾਤ ਪਈ ਮਨ ਫੇਰ ਕਹਿਓ ਨਾ ਤੂੰ ਸਨ ਹੋਏ ਰਹਿਓ ਸੁਖ ਪਾਈ। ਹਿਰਦਾ ਸ਼ਾਂਤ ਹੋ ਗਿਆ, ਉਸ ਤੋਂ ਬਾਅਦ ਖਾਮੋਸ਼ ਹੋ ਗਏ, ਆਤਮਿਕ ਰੂਹਾਨੀ ਸੁਖ ਮਾਣਿਆ ਪਿਤਾ ਜੀ ਨੇ। ਉੱਡ ਰਹੇ ਪਰ ਅੰਕ ਕੇ ਉਪਰ ਸ੍ਰੀ ਗੁਰੂ ਨਾਨਕ ਜੀ ਗਤ ਦਾਈ। ਗੁਰੂ ਨਾਨਕ ਦੇਵ ਜੀ ਮਹਾਰਾਜ, ਰਾਤ ਹੋਈ ਤਾਂ ਮਹਾਰਾਜ ਪਲੰਘ ਦੇ ਉੱਪਰ ਬੈਰਾਜਮਾਨ ਹੋਏ ਹਨ। ਨੀਂਦ ਬਸੀ ਹੋਏ ਸੋਏ ਰਹੇ ਤਬ ਜਾਮਨ ਜਾਮ ਰਹੀ ਜਬ ਹੀ। ਗਰੀਬ ਨਿਵਾਜ ਮਹਾਰਾਜ ਨਿੰਦ ਬਸੀਕਾਰ ਹੋ ਕੇ ਭਾਵ ਆਪ ਸੁਖ ਲੈਣ ਲੱਗੇ ਹਨ, ਆਰਾਮ ਫਰਮਾ ਰਹੇ ਹਨ। ਸਾਰੀ ਰਾਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਰਾਮ ਫਰਮਾਇਆ ਹੈ। ਆਲਸ ਛੋਰ ਉਠੇ ਕਰੁਣਾ ਨਿਤ ਦਾਸਨ ਕੇ ਸੁਖ ਦਾ ਸਭ ਹੀ। ਜਾਮਨ ਜਾਮ ਰਹੀ ਜਬ ਹੀ, ਜਾਮਨ ਇੱਕ ਪਹਿਰ ਜਾਮ ਰਾਤ ਰਹਿ ਗਈ ਜਦੋਂ, ਮਤਲਬ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਸੁਬਾਹ ਦੇ 3 ਵਜੇ ਸਾਧ ਸੰਗਤ ਜੀ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ 3 ਵਜੇ ਉੱਠੇ। ਸਤਿਗੁਰਾਂ ਦਾ ਸਾਧ ਸੰਗਤ ਜੀ ਜੀਵਨ ਇਤਿਹਾਸ ਗੁਰੂ ਕੇ ਸਿੱਖ ਲਈ ਮਾਰਗ ਦਰਸ਼ਕ ਹੈ। ਅੱਜ ਕੱਲ੍ਹ ਸਾਡੇ ਮਨਾਂ ਵਿੱਚ ਬੜੇ ਵਲਵਲੇ ਆਉਂਦੇ, ਬੜੇ ਸ਼ੰਕੇ ਆਉਂਦੇ ਜੀ ਕਿ ਅੰਮ੍ਰਿਤ ਵੇਲਾ ਉਹ ਵੇਲਾ ਜਦੋਂ ਅੰਮ੍ਰਿਤ ਹੋਵੇ, ਜਬ ਜਾਗੇ ਤਬ ਸਵੇਰਾ, ਇਸ ਤਰ੍ਹਾਂ ਦੇ ਵਲਵਲੇ ਆਉਂਦੇ। ਸਾਧ ਸੰਗਤ ਜੀ, ਸਤਿਗੁਰਾਂ ਦੀ ਬਾਣੀ ਵਿੱਚ ਨਾ ਅੱਜ ਨੂੰ ਆਪਾਂ ਟਾਈਮ ਕਹਿੰਦੇ ਹਾਂ ਨਾ, ਸਮਾਂ, ਉਹ ਸਮੇਂ ਦੇ ਹਿਸਾਬ ਨਾਲ ਵੀ ਦੱਸਿਆ ਤਾਂ ਕੋਈ ਸ਼ੰਕਾ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਬਾਣੀ 'ਚ ਬਚਨੋ ਚੌਥਾ ਪੈਰ ਸੁਬਾਹਕ ਹੈ, ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਓ। ਚੌਥਾ ਪਹਿਰ ਕੀ ਹੁੰਦਾ ਜੀ? ਫਿਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ। ਪਿਛਲੇ ਪਹਿਰ ਵੀ ਬਾਣੀ 'ਚ ਆਖਿਆ, ਪਿਛਲ ਰਾਤ ਨਾ ਜਾਗਿਓ ਜੀ ਵਧੜੋ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਆ ਹੋਏ। ਇੱਕ ਹੋਰ ਵੀ ਤੁਕ ਆਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਸੰਤ ਰਾਗ ਦੇ ਵਿੱਚ, ਗੱਛੋ ਪੁੱਤਰੀ ਰਾਜ ਕੁਵਾਰ ਨਾਮ ਭਣੋ ਸੱਚ ਦੋਤ ਸਵਾਰ। ਦੋਤ ਕਹਿੰਦੇ ਜਦੋਂ ਸੂਰਜ ਚੜ੍ਹਦਾ ਹੋਵੇ, ਮਤਲਬ ਅੰਮ੍ਰਿਤ ਵੇਲਾ, ਜਿਵੇਂ ਅੱਜ ਕੱਲ੍ਹ ਕਰੀਬਨ 5 ਵਜੇ ਸੂਰਜ ਦੀਆਂ ਕਿਰਨਾਂ ਧਰਤੀ ਮਾਂ ਦੀ ਗੋਦ ਉੱਪਰ ਆ ਜਾਂਦੀਆਂ ਨੇ, ਇਸ ਕਰਕੇ ਅੰਮ੍ਰਿਤ ਵੇਲਾ ਬਿਨਾਂ ਸ਼ੱਕ ਉਹ ਵੇਲਾ ਜਿਹੜਾ ਬ੍ਰਹਮ ਗਿਆਨ ਦਾ ਵੇਲਾ। ਬਚਪਨ ਨੂੰ ਵੀ ਅੰਮ੍ਰਿਤ ਵੇਲਾ ਕਹਿੰਦੇ ਜੀ ਪੁਰਾਣੀਆਂ ਪੁਸਤਕਾਂ ਵਿੱਚ, ਮਨੁੱਖਾ ਜਨਮ ਨੂੰ ਵੀ ਅੰਮ੍ਰਿਤ ਵੇਲਾ ਕਹਿੰਦੇ, ਕੋਈ ਸ਼ੱਕ ਨਹੀਂ। ਪਰ ਸਮਾਂ ਵੀ ਤੇ ਕਿਸੇ ਚੀਜ਼ ਦਾ ਨਾਂ ਹੈ ਨਾ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ, ਪਰਮੇਸ਼ਰ ਦੀ ਪ੍ਰਾਪਤੀ ਦਾ ਸਮਾਂ। ਕੁਰਾਨ ਵਿੱਚ ਵੀ 5 ਜਿਹੜੀਆਂ ਨਿਵਾਜਾਂ ਨੇ ਅੰਮ੍ਰਿਤ ਵੇਲੇ ਦੀ ਨਿਵਾਜ ਹੈ। ਬਾਈਬਲ ਵਿੱਚ ਲਿਖਿਆ ਕਿ ਬੰਦੇ ਤੂੰ ਅੰਮ੍ਰਿਤ ਵੇਲੇ ਉੱਠ, ਤਿਆਰ ਹੋ,
ਔਰ ਮਹਿਸੂਸ ਕਰਕੇ ਮੈਨੂੰ ਖੁਦਾ ਮਿਲਣ ਆਵੇਗਾ। ਸੰਤ ਮੱਤੀ ਦੇ ਬਚਨ ਆਉਂਦੇ ਬਾਈਬਲ ਵਿੱਚ, ਅਤੇ ਹਿੰਦੂਆਂ ਵਿੱਚ ਇਹਨੂੰ ਬ੍ਰਹਮ ਮਹੂਰਤ ਕਹਿੰਦੇ ਨੇ। ਸੋ ਸਿੱਖ ਧਰਮ ਦੇ ਵਿੱਚ ਸਾਧ ਸੰਗਤ ਜੀ ਨੂੰ ਪ੍ਰਭਾਤ ਕਹਿੰਦੇ। ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ, ਦਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ। ਅੰਮ੍ਰਿਤ ਵੇਲਾ ਸ਼ਬਦ ਵੀ ਸਤਿਗੁਰਾਂ ਨੇ ਪਿਛਲ ਪੈਰ ਸ਼ਬਦ ਵੀ ਵਰਤਿਆ, ਸੋ ਭਲਕੇ ਸ਼ਬਦ ਵੀ ਵਰਤਿਆ, ਸੋ ਭਲਕੇ ਉਠਾਰ ਨਾਮ ਤੇ ਆਵੇ। ਅਨੇਕਾਂ ਸ਼ਬਦ ਗੁਰਮਤ ਵਿੱਚ, ਗੁਰਮਤ ਦੇ ਗ੍ਰੰਥਾਂ ਵਿੱਚ ਸਾਧ ਸੰਗਤ ਦੀ ਆਏ। ਮਹਾਰਾਜ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ ਗਰੀਬ ਨਿਵਾਜ ਮਹਾਰਾਜ ਜੀ ਨੇ। ਨਾਨਕ ਹੇਤ ਚਲੇ ਉੱਠ ਬਾਹਰ, ਚੰਦ ਕੀ ਜੋਣ ਦਿਪੈ ਤਬਹੀ। ਅਜੇ ਇਸ਼ਨਾਨ ਨਹੀਂ ਕੀਤਾ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨਹਾਉਣ ਵਾਸਤੇ, ਇਸ਼ਨਾਨ ਕਰਨ ਵਾਸਤੇ ਘਰ ਤੋਂ ਬਾਹਰ ਨਿਕਲੇ। ਚੰਦਰਮਾ ਦੀ ਚਾਂਦਨੀ ਜਿਹੜੀ ਹੈ ਉਹ ਬੜੀ ਪ੍ਰਕਾਸ਼ ਕਰਦੀ, ਠੰਡਕ ਵਰਤਾ ਰਹੀ ਹੈ। ਜਿਉਂ ਭਗਤੀ ਪ੍ਰਕਾਸ਼ਨ ਕੋ ਸਭ ਦੇਸ ਵਿਦੇਸ ਚਲੇ ਅਬਹੀ। ਕਹਿੰਦੇ ਜਿਸ ਤਰ੍ਹਾਂ ਚੰਦਰਮਾ ਦੀ ਚਾਂਦਨੀ ਪ੍ਰਕਾਸ਼ ਕਰ ਰਹੀ ਹੈ, ਪਰਮਾਤਮਾ ਦੀ ਕੀਰਤੀ ਨੂੰ ਪ੍ਰਕਾਸ਼ ਕਰਨ ਵਾਸਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਮਹਾਰਾਜ ਚਾਲਾ ਮਾਰ ਰਹੇ ਹਨ। ਉਪਹਰਟ ਚਲੇ ਨਹਿ ਕੋਏ ਫਿਰੇ ਇੱਕ ਦੋਏ ਤਬੈ ਗਤਦਾਈ। ਇੱਕ ਦੋ ਖੂਹ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰੇ ਨੇ, ਲੇਕਿਨ ਕੋਈ ਵੀ ਖੂਹ ਜਿਹੜਾ ਸੀ ਸਵੇਰ ਵੇਲੇ ਨਹੀਂ ਸੀ ਚੱਲਦਾ, ਭਾਵ ਇਸ਼ਨਾਨ ਕਰਨ ਵਾਸਤੇ ਜਲ ਨਹੀਂ ਸੀਗਾ। ਨੀਰ ਨ ਪਾਵਤ ਪੇ ਕਿਤ ਹੂੰ ਤੇ ਕਾਲ ਵਿਖੈ ਮੁਖ ਬਾਣੀ ਅਲਾਈ। ਇਸੇ ਵੇਲੇ ਵੀ ਜਦੋਂ ਜਲ ਨਾ ਪ੍ਰਾਪਤ ਹੋਇਆ ਇਸ਼ਨਾਨ ਵੇਲੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਚੀ ਦੇਣੀ ਬਚਨ ਆਪਣੀ ਰਸਨਾ ਤੋਂ ਫਰਮਾਏ ਹਨ। ਸਰੋਵਰ ਨਗਰੀ ਬਿਨ ਨੀਰ ਨਾ ਕੂਪ ਚਲਾਈ। ਮਹਾਰਾਜ ਕਹਿਣ ਲੱਗੇ ਇੱਥੇ ਕੋਈ ਸਰੋਵਰ ਵੀ ਨਹੀਂ ਹੈਗਾ, ਕਹਿੰਦੇ ਨਾ ਖੂਹ ਕੋਈ ਚੱਲਦਾ, ਜਿੱਥੇ ਜਲ ਨਾ ਹੋਵੇ ਸ਼ਾਸਤਰਾਂ ਵਿੱਚ ਲਿਖਿਆ ਉੱਥੇ ਰਹਿਣਾ ਨਹੀਂ ਚਾਹੀਦਾ, ਉਹ ਨਗਰੀ ਠੀਕ ਨਹੀਂ, ਸ਼ੋਭਦੀ ਨਹੀਂ, ਜਿੱਥੇ ਜਲ ਨਾ ਹੋਵੇ, ਜਿੱਥੇ ਪਾਣੀ ਦਾ ਪ੍ਰਵਾਹ ਨਾ ਹੋਵੇ। ਜਾਗਤ ਰਾਏ ਬੁਲਾਰ ਸੁਣੀ ਤੇ ਕਾਲ ਵਿਖੈ ਮਨ ਇਉਂ ਠਹਿਰਾਈ। ਬੁਲਾਰ ਜੀ ਸਾਹਿਬ ਅੰਮ੍ਰਿਤ ਵੇਲੇ ਜਾਗ ਰਹੇ ਸਨ, ਗੁਰਮੁਖ ਮਹਾਤਮਾ ਸੰਤ ਲੋਕ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਚਨ ਸੁਣਿਆ ਕਿ ਗੁਰੂ ਮਹਾਰਾਜ ਬਚਨ ਕਰ ਰਹੇ ਨੇ ਕਿ ਪਾਣੀ ਨਹੀਂ ਹੈਗਾ, ਸਰੋਵਰ ਨਹੀਂ ਹੈਗਾ, ਤਲਾਬ ਨਹੀਂ ਹੈਗਾ, ਖੂਹ ਵੀ ਨਹੀਂ ਚੱਲਦਾ, ਕਿੱਥੇ ਇਸ਼ਨਾਨ ਕਰੀਏ, ਨਗਰ ਸ਼ੋਭਦਾ ਨਹੀਂ ਜਿਹਦੇ ਅੰਮ੍ਰਿਤ ਵੇਲੇ ਜਲ ਹੀ ਨਾ ਹੋਵੇ ਇਸ਼ਨਾਨ ਵਾਸਤੇ। ਇਹ ਬਚਨ ਜਦੋਂ ਰਾਏ ਬੁਲਾਰ ਸਾਹਿਬ ਜੀ ਨੇ ਸੁਣੇ ਨਾ, ਤੇ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇਆ, ਕੀ ਵਿਚਾਰ ਆਇਆ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਗਲੀ ਕਥਾ ਅਗਲੇ ਦੀਵਾਨਾਂ ਵਿੱਚ ਸਮੇਂ ਸਿਰ ਪੁੱਜ ਕੇ ਆਪਾਂ ਸਰਵਣ ਕਰਾਂਗੇ। ਮੋਟਾ ਜਿਹਾ ਦੱਸ ਦਈਏ, ਇਹ ਮਹਾਰਾਜ ਜੀ ਦੇ ਨਾਮ ਤੇ ਸਾਧ ਸੰਗਤ ਜੀ ਤਲਾਬ ਬਣਾਉਂਦੇ ਨੇ, ਇੱਕ ਦਿਨ ਵਿੱਚ ਹੀ ਤਿਆਰੀ ਕਰਵਾਉਂਦੇ, ਬਹੁਤ ਸੁੰਦਰ। ਉਹ ਕਥਾ ਕੱਲ ਦੇ ਦੀਵਾਨਾਂ ਵਿੱਚ ਆਪਾਂ ਸਾਰੇ ਬੜੇ ਪਿਆਰ ਸਤਿਕਾਰ ਵਿਸਥਾਰ ਸਾਹਿਤ ਸਰਵਣ ਕਰਾਂਗੇ। ਸਤਿਗੁਰੂ ਪਿਤਾ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਆਪਣੇ ਘਰ ਦਰ ਤੇ ਕਬੂਲ ਕਰਨ। ਗੁਰੂ ਬਾਬਾ ਨਾਨਕ ਸਾਹਿਬ ਜੀ ਦੀ ਵਡਿਆਈ ਮਹਿਮਾ ਕਥਾ ਕਰਦੇ ਹਾਂ, ਹੋਈ ਅਨੇਕ ਪ੍ਰਕਾਰ ਦੀ ਭੁੱਲ ਜੁਗ ਦੀ ਸ਼ਿਮਾ ਗਾ ਤੁਸਮਤ ਦੇਣੀ ਜੀ, ਲੇਖਿਆ ਗਣਤ ਨਾ ਛੁੱਟੀ ਹੈ ਕਾਚੀ ਭੀਤ ਨਾ ਸੁਧ, ਜਿਸ ਇਹ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਕੋ ਸਰੋਵਰ ਨਾਹਿ ਇਹਾ ਨਗਰੀ ਬਿਨ ਨੀਰ ਨ ਕੂਪ ਚਲਾਈ। ਜਾਗਤ ਰਾਏ ਬੁਲਾਰ ਸੁਣੀ ਤੇ ਕਾਲ ਵਿਖੈ ਮਨ ਇਉਂ ਠਹਿਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੁਰੂ ਗੋ। ਸਬਸਕ੍ਰਾਈਬ ਕਰੇ ਚੜ੍ਹਦੀ ਕਲਾ ਟਾਈਮ ਟੀਵੀ ਕੋ, ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।